ਟੌਪ ਨੋਚ ਚੋਟੀ ਦਾ ਮੈਚ ਆ ਪੂਰਾ ਐਂਡ। ਹਾਂਜੀ ਹਾਂਜੀ ਉਧਰ ਭਨੈਰੀ ਜਾ ਰਹੀ ਵੀਰੇ ਸੈਮੀ ਕਿੰਗਰੇ ਦਾ ਤੇ ਭਨੈਰੀ ਦਾ ਸੈਮੀ ਲੱਗੂ। ਆ ਚੁੱਗਿਆਂ ਵਾਲੇ ਮੁੰਡੇ ਕੈਮਰੇ ਸਾਹਮਣੇ ਆ ਗਏ, ਦੂਜੀ ਸਾਈਡ ਮੁੰਡੇ ਕਲੋਜ਼ ਫਾਈਟਰ ਦੀ ਟੀਮ ਘੱਟਿਆਂ ਵਾਲੀ ਵਾਲੇ। ਸੈਮੀ ਮੈਚ ਉੱਡਣਗੇ ਡੋਰੀਏ, ਮੈਚ ਬੜਾ ਤਕੜਾ ਲੱਗਣਾ ਤੇ ਗੱਲਾਂ ਫਾਈਨਲ 'ਚ ਵੀ ਟਿਕਾਣੇ ਲੱਗ ਜਾਣੀਆਂ। ਮੈਚ ਦੋ ਤਿੰਨ ਐਂਡ ਰਹਿ ਗਏ। ਇੱਕ ਮਿੰਟ ਬਾਈ, ਇੱਕ ਮਿੰਟ ਪੜ੍ਹਦੇ ਆਪਾਂ, ਬੇਨਤੀ ਹੈ। ਧੁੰਦ ਪੈ ਗਈ ਮੈਨੂੰ ਲੱਗਦਾ ਯਾਰ, ਕਹਿੰਦੇ ਹੈ ਐਵੇਂ ਲੱਗਦਾ। ਹਾਂਜੀ ਗੰਗਾਨਗਰ ਜਹਾਜ ਹਰ ਗਏ ਵੀਰੇ, ਤਰਸੇਮ ਹਰ ਗਏ, ਸੁੱਖ ਸਿੱਧੂ, ਸਤਨਾਮ ਕਿੰਗਰਾ, ਅਮਨ ਬਿਸ਼ਨੋਈ, ਮਨਪ੍ਰੀਤ ਰੁੜਕੀ। ਉਹ ਬੱਲੇ ਮਨਪ੍ਰੀਤ, ਕਾਫੀ ਟਾਈਮ ਬਾਅਦ ਲਾਈਵ ਤੇ ਆਇਆ ਮਨਪ੍ਰੀਤ ਰੁੜਕੀ, ਕਿੱਥੇ ਵੀ ਜੀ ਹੋ ਗਿਆ ਜੀ ਮੁੰਡਿਆ। ਨਵਜੋਤ ਬਰਾੜ ਹੋਰੀ ਲਾਈਵ ਆ, ਅਸ਼ੋਕ ਦਾਤਰਵਾਲ ਸ਼ੁਕਰੀਆ ਸ਼ੁਕਰੀਆ ਬਾਈ, ਖਿੱਚੇ ਖਿੱਚ ਕੇ ਰੱਖੋ ਕੰਮ ਨੂੰ। ਫਾਈਨਲ ਮੈਚ ਇਸ ਤੋਂ ਬਾਅਦ, ਫਾਈਨਲ ਮੈਚ ਮੈਚ ਤੋਂ ਬਾਅਦ ਫਾਈਨਲ ਮੈਚ, ਆਹ ਮੈਚ ਨੇ ਦੁੱਖ ਤੋੜ ਦੇਣੇ। ਪਹਿਲੀ ਗੱਲ ਤਾਂ ਫਾਈਨਲ ਤਾਂ ਬਾਅਦ ਦੀਆਂ ਗੱਲਾਂ, ਕਹਿੰਦੇ ਆਉਂਦੇ ਸਾਲ ਦੇ ਵਿੱਚ ਵੀ ਭਰਾਵਾਂ ਨੇ ਕਹਿੰਦੇ ਵੀ ਰੱਖ ਦਿੱਤੀ ਆ ਵੀਰ, ਕਹਿੰਦੇ ਵੀ ਜਿਹੜੀ ਕੋਈ ਘਾਟ ਬਾਂਦ ਰਹਿ ਗਈ ਢਾਬਾਂ ਵਾਲਾ ਆ ਗਿਆ ਅਦਰ ਨੰਬਰ ਦੂਜਾ ਬਾਕਸਰ। ਆਉਂਦੇ ਸਾਲ ਇਸ ਟੂਰਨਾਮੈਂਟ ਦਾ ਪਹਿਲਾ ਪ੍ਰਾਈਜ਼ 41,000 ਰੁਪਏ ਦਿੱਤਾ ਜਾਵੇਗਾ। ਬਾਬਾ ਜੀ ਚੰਦੀਏ ਜਥੇਦਾਰ ਸਿਰਾ ਬਲਵਿੰਦਰ ਸਿੰਘ ਜੀ, ਮਨਪ੍ਰੀਤ ਰੋਕੀ ਜਥੇਦਾਰ ਜਸਵਿੰਦਰ ਸਿੰਘ ਜੀ, ਇਹ ਆਉਂਦੇ ਸਾਲ ਪਹਿਲਾ ਪ੍ਰਾਈਜ਼ ਦਾ 41,000 ਦਿੱਤਾ ਜਾਊਗਾ। ਔਰ ਨਾਲ ਦੂਜਾ ਪ੍ਰਾਈਜ਼ ਸ਼ਿੰਦਰ ਸਿੰਘ ਜੀ ਸਰਪੰਚ ਸਾਹਿਬ, ਨਾਲ ਪ੍ਰੀਤਾ ਸਿੰਘਾਪੁਰ ਔਰ ਬਣੀ ਆਸਟ੍ਰੇਲੀਆ, ਇਹਨਾਂ ਤਿੰਨਾਂ ਭਰਾਵਾਂ ਦੇ ਵੱਲੋਂ ਆਉਂਦੇ ਸਾਲ ਦੂਜਾ ਪ੍ਰਾਈਜ਼ ਹੋਊਗਾ 31,000 ਦਿੱਤਾ ਜਾਣਾ। ਦੂਜਾ ਪ੍ਰਾਈਜ਼ ਆਉਂਦੇ ਸਾਲ 31,000 ਸ਼ਿੰਦਰ ਸਿੰਘ ਜੀ ਸਰਪੰਚ, ਸਿੰਘਾਪੁਰ ਬਣੀ ਆਸਟ੍ਰੇਲੀਆ, ਇਹਨਾਂ ਦਾ ਵੱਲੋਂ ਦਿੱਤਾ ਜਾਊਗਾ। ਔਰ ਨਾਲ ਹੀ ਉੱਧਰ ਰਾਜਦੀਪਾ ਭਰਾ ਸਾਡਾ ਕਨੇਡਾ ਵਾਲਾ, ਉਹ ਕਹਿੰਦਾ ਆਉਂਦੇ ਸਾਲ ਜਦੋਂ ਟੂਰਨਾਮੈਂਟ ਆਪਾਂ ਕਰਵਾਇਆ ਤੇ ਆਪਣੇ ਵੱਲੋਂ 25,000 ਰੁਪਏ ਦਾ ਵੱਡਾ ਸਹਿਯੋਗ ਦਿੱਤਾ ਜਾਊਗਾ। ਨਾਲ ਸੁਖਪ੍ਰੀਤ ਜੋਧਾ, ਨਾਲ ਖੁਸ਼ਪ੍ਰੀਤ ਖਾਲਸਾ, ਇਹ ਸਾਡੇ ਆਪਾਂ 31,000 ਰੁਪਏ ਤੇ ਟੀਕਾ ਸਾਡਾ ਭਰਾ ਕਹਿੰਦਾ ਵੀ ਆਪਣੇ ਵੱਲੋਂ 0.5 ਲੱਖ ਦਿੱਤਾ ਜਾਣਾ ਰੁਪਇਆ, ਕਹਿੰਦੇ 52,000 ਦੇਣਾ ਪੀਤਾ ਕਹਿੰਦਾ ਆਉਂਦੇ ਸਾਲ ਆਪਾਂ। ਔਰ ਨਾਲ ਹੀ ਪ੍ਰੀਤ ਸਰਾ ਸਿੰਘਾਪੁਰ, ਉਹਨਾਂ ਦੇ ਵੱਲੋਂ 5,200 ਰੁਪਇਆ ਦਿੱਤਾ ਜਾਵੇਗਾ। ਨਾਲ ਰੂਪ ਸਰਾ ਦਾ ਵੱਡਾ ਮਾਨ ਸਨਮਾਨ ਵੀਰ ਕਹਿੰਦਾ ਆਪਾਂ ਕਰਾਂਗੇ। ਇਹਨਾਂ ਦੁਨੀਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਜਿਹਨਾਂ ਨੇ ਆਉਂਦੇ ਸਾਲ ਦੀ ਵੀ ਰੱਖ ਲਈ ਹੈ। ਆਉਂਦੇ ਸਾਲ ਵੀ ਕਹਿੰਦੇ ਵੱਡੇ ਪ੍ਰਾਈਜ਼ ਹੈ, ਵੱਡੇ ਬਾਂਡ ਦਾ ਮੇਲਾ ਕਰਵਾਇਆ ਜਾਵੇਗਾ। ਇਸ ਧਰਤੀ ਦੇ ਕੱਪੜ ਬੱਛੇ ਪਿੰਡ ਦੀ ਧਰਤੀ ਹੈ ਕਿ ਸਾਡੇ ਪਿੰਡ ਦੇ ਰੱਬ ਦੀਆਂ ਮਿਹਰਾਂ ਨੇ, ਹਰ ਬਾਂਡ ਦਾ ਪੁੱਤ ਕਮਾਊਗਾ। ਸਵਾਲ ਕਹਿੰਦੇ ਵੱਜਿਆ ਪਿਆ ਵੀਰੇ, ਕਰੋ ਸ਼ੁਰੂ ਮੈਚ ਜੀ। ਯੁਵਰਾਜ ਇੱਕ ਵਾਰੀ ਜ਼ਰੂਰ ਮੇਰੇ ਨਾਲ ਸੰਪਰਕ ਕਰੇ, ਮੇਰਾ ਵੀਰ ਮੇਰੀ ਬੇਨਤੀ ਹੈ। ਚੱਲ 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 ਬਈ।
ਬਹੁਤ ਸੋਹਣਾ ਮੈਚ ਇੱਕ ਪਾਸੇ ਕਹਿੰਦੇ ਚੁੱਕਿਆਂ ਦੀ ਟੀਮ ਖੇਡ ਰਹੀ ਹੈ, ਵੱਡੀ ਟੀਮ ਹੈ ਇੱਥੇ ਦਿਨ ਦੀ, ਤੇ ਦੂਜੇ ਪਾਸੇ ਮੈਂ ਦੇਖ ਰਿਹਾ ਵੀ ਟੀਮ ਜਿਹੜੀ ਘੱਟਿਆਂ ਵਾਲੀ ਡੇਲੀ ਕਹਿੰਦੇ ਮੁੰਡੇ ਦੇਖੇ ਵੀ ਸੇਵਾ ਸੱਤਵਾਂ ਟੂਰਨਾਮੈਂਟ ਹੈ ਤੇ ਫਸਟ ਹੀ ਰਹਿੰਦੇ ਹੈ। ਬਹੁਤ ਸੋਹਣਾ ਮੈਚ ਅੱਜ ਦੇਖਣ ਦੇ ਵੀ ਘੱਟਿਆਂ ਵਾਲੀ ਦੀ ਟੀਮ ਚੁੱਕਿਆਂ ਦੇ ਨਾਲ ਖੇਡ ਰਹੀ ਹੈ। ਕੱਲ ਵੀ ਇਹਨਾਂ ਟੀਮਾਂ ਦਾ ਬਹੁਤ ਤਕੜਾ ਮੈਚ ਲੱਗਿਆ, ਤਾਂ ਵੀ ਮਾਨ ਸਾਹਿਬ ਦੇ ਘੱਟਿਆਂ ਵਾਲੀ ਜਿੱਤ ਗਈ। ਮਾਨ ਸਿੰਘ ਕੋਚ ਔਰ ਮਨੀ ਗਿੱਲ ਇਹ ਦੋਨੋਂ ਵੀਰ ਕਿਰਪਾ ਕਰਕੇ ਸਟੇਜ ਤੇ ਆਓ ਜੀ। ਮਾਨ ਸਿੰਘ ਕੋਚ ਔਰ ਮਨੀ ਗਿੱਲ ਇਹ ਦੋਨੋਂ ਭਰਾ ਕਿਰਪਾ ਕਰਕੇ ਬਾਈ ਜੀ ਅੰਦਰ ਆ ਜਾਣਗੇ। ਬੇਨਤੀ ਹੈ ਹੈਲੋ ਲਾ ਵੀ ਆਓ ਮੇਰਾ ਭਰਾ ਬਣ ਕੇ, ਮੇਰੀ ਬੇਨਤੀ ਹੈ ਯਾਰ ਦੋ ਨੰਬਰ ਗਰਾਊਂਡ ਤੇ ਵੀ ਮੈਚ ਚਾਲੂ ਕਰ ਵੀ ਯਾਰ ਪੁਆਇੰਟ ਜ਼ਰੂਰ ਸਾਂਝੇ ਕਰ ਵੀ ਮੇਰਾ ਵੀਰ ਬਣ ਕੇ। ਲਾਲ ਦੱਸ ਹੋਣਾ ਕਿੰਨੇ ਨੰਬਰ ਹੋ ਗਏ ਹੈ, ਬੜਾ ਤਕੜਾ ਮੈਚ ਖੇਡਿਆ ਜਾ ਰਿਹਾ ਟੀਮ ਕਹਿੰਦੇ ਚੁੱਕਿਆਂ ਦੀ ਰੋਜ਼ਪੁਰ ਤੇ ਦੂਜੇ ਪਾਸੇ ਫਾਜ਼ਿਲਕਾ ਹੈ ਸਰਹੱਦੀ ਜ਼ਿਲ੍ਹੇ ਹੈ ਦੋਨੋਂ। ਬਹੁਤ ਤਕੜੇ ਮੈਚ ਦੀ ਸ਼ੁਰੂਆਤ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹੈ। ਕੱਲ ਦਾ ਦਿਨ ਵਜ਼ੀਰਪੁਰ ਗਵਾਂਢੀ ਪਿੰਡ ਹੈ, ਵਜ਼ੀਰਪੁਰ ਦੇ ਵਿੱਚ ਰੌਣਕਾਂ ਆਉਣਗੀਆਂ ਹੈ। ਸੰਤਾਂ ਮਹਾਂਪੁਰਸ਼ਾਂ ਦੀ ਧਰਤੀ ਬੜੀ ਇਤਿਹਾਸਕ ਧਰਤੀ ਹੈ, 14 ਨੂੰ ਗੱਲਾਂ ਭੰਡੌਰ ਦੀਆਂ ਹੋਣਗੀਆਂ। 15 ਤਰੀਕ ਅਹਿਮਦਪੁਰ ਮਲਾਡੇ ਦੇ ਲਾਗੇ ਜ਼ਿਲ੍ਹੇ ਮਾਨਸਾ ਦਾ ਕੱਪ ਹੈ। 16 ਤਰੀਕ ਨੂੰ ਗੱਲਾਂ ਜਲਾਲ ਦਿਆਲ ਦੀਆਂ ਕਰਾਂਗੇ, ਜਲਾਲ ਦਿਆਲ ਦਾ ਮੇਲਾ ਕਹਿੰਦੇ ਭੱਜਿਆ ਹੁੰਦਾ ਹੈ। 18 ਤਰੀਕ ਨੌਲੜੀ ਦੀ ਹੈ, ਨੌਲੜੀ ਦੇ ਵਿੱਚ ਵੱਡੀਆਂ ਜਿਹੜੀਆਂ ਰੌਣਕਾਂ ਲੱਗਣਗੀਆਂ। 21 ਨੂੰ ਆਉਣ ਵਾਲੇ ਦਾ ਮੇਲਾ ਖੇਡਿਆ ਜਾਣਾ ਹੈ। 22 ਤਰੀਕ ਪੀਲੜੀ ਹੋਣੀ ਹੈ, 23 ਨੂੰ ਮਹਾਰਾਜ ਦੀਆਂ ਗੱਲਾਂ, 24 ਨੂੰ ਫੁੱਲਾਂ ਬਾਲ, 25 ਨੂੰ ਗਿੱਦੜ ਵੰਡੀ ਦੇ ਵਿੱਚ ਰੌਣਕਾਂ ਹੋਣਗੀਆਂ, 28 ਤਰੀਕ ਕਹਿੰਦੇ ਕਿੰਗਰੇ ਦੀ ਹੋਣੀ ਹੈ, 1 ਮਾਰਚ ਦੀਪ ਸਿੰਘਲ ਦੇ ਵਿੱਚ ਮੇਲਾ ਖੇਡਿਆ ਜਾਣਾ ਹੈ, ਦੀਪ ਸਿੰਘ ਵਾਲਾ ਪਿੰਡ ਹੈ। 2 ਨੂੰ ਥੰਮਣ ਵਾਲੇ ਦੀਆਂ ਗੱਲਾਂ ਤੇ 3 ਨੂੰ ਕਹਿੰਦੇ ਝਾੜੀ ਵਾਲੇ ਦੇ ਵਿੱਚ ਰੌਣਕਾਂ ਹੋਣਗੀਆਂ। ਇਸੇ ਤਰ੍ਹਾਂ 8 ਤਰੀਕ ਥੂਰ ਦਾ ਮੇਲਾ ਖੇਡਿਆ ਜਾਣਾ ਹੈ, ਬਲਜਿੰਦਰ ਵਰਗੇ ਸੱਦੇ ਦਿੰਦੇ ਆ ਭਰਾ, ਥੂਰ ਪਿੰਡ ਦੇ ਵਿੱਚ ਰੌਣਕਾਂ ਹੋਣਗੀਆਂ, ਬਹੁਤ ਸੋਹਣੇ ਮੁਕਾਬਲੇ। ਤੇ 10 ਤਰੀਕ ਜਿਹੜੀ ਲਾਲ ਬਾਈ ਦੀ ਹੋਣੀ ਹੈ, ਲਾਲ ਬਾਈ ਦੇ ਵਿੱਚ ਰੌਣਕਾਂ ਹੋਣਗੀਆਂ। 15 ਨੂੰ ਚੱਕ ਜਮਾਨਗੜ੍ਹ, 19 ਨੂੰ ਕਹਿੰਦੇ ਸਲੇਬਸਾਂ ਦੀਆਂ ਗੱਲਾਂ ਹੋਣਗੀਆਂ। ਇਹ ਪੰਜਾਬ ਦੇ ਆਉਣ ਵਾਲੇ ਮੇਲੇ ਹੈ। ਅੱਜ ਕੱਬਰ ਬੱਸੇ ਦੀ ਧਰਤੀ ਬੜੀ ਭਾਗਾਂ ਵਾਲੀ ਧਰਤੀ ਹੈ, ਟੌਪ ਦਾ ਮੈਚ ਖੇਡਿਆ ਜਾ ਰਿਹਾ ਹੈ। ਬਾਕੀ ਦੁਨੀਆਂ ਦੇ ਕਹਿੰਦੇ ਵੱਡੇ ਵੱਡੇ ਬੰਨ ਜਿਹੜੇ ਭਿੜ ਰਹੇ ਹੈ, ਇੱਧਰ ਸਲੇਮਸ਼ਾ ਵਾਲੇ ਨੂੰ ਦੁਨੀਆਂ ਕਲੋਜ਼ ਫਾਈਟਰ ਕਹਿੰਦੀ ਹੈ, ਵਧਾਈਆਂ ਵਾਲਾ ਕਹਿੰਦੇ ਰਿੰਕੂ ਬੜਾ ਪੜਿਆ ਲਿਖਿਆ ਖਿਡਾਰੀ ਹੈ, ਨਾਲ ਕਹਿੰਦੇ ਰਾਜਦੀਪ ਖੇਡਦਾ ਕੋਈ ਪਿਰ ਦੀ ਤਾਵੀ ਵਾਲ ਖਾਂਦਾ ਕਿਸੇ ਤੇ ਕੰਦੇ ਮਿਲਦੇ ਪਏ ਹੈ, ਪਿੰਡ ਦੇ ਕਹਿੰਦੇ ਖੁਸ਼ਦੀਪ ਖੇਡਦਾ ਤੇ ਨਾਲ ਕਹਿੰਦੇ ਜੈਲਦਾਰ ਵੀ ਅਸੀਂ ਪੱਤਣਾ ਦੇ ਤਾਰੂ ਤੇ ਟੂਆ ਚੱਟੀ ਕੈਲ ਪਿੰਡ ਢੋਲੀਆ ਤੇਰਾ ਤੇ ਮੈਨੂੰ ਕਹਿੰਦੇ ਜਰਨੈਲ ਤੇਰੇ ਵਰਗੀ ਨੂੰ ਹੱਥਾਂ ਤੇ ਨਚਾਈਏ, ਐਡੀ ਕੀ ਤੂੰ ਜੈਲਦਾਰ ਨੀ ਆਓ ਤੇਰਾ ਟਿੱਕਿਆ ਰਮਾਲ ਫੜਾਈਏ, ਐਡੀ ਕੀ ਤੂੰ ਜੈਲਦਾਰ ਨੀ। ਉਧਰ ਕਹਿੰਦੇ ਬਿੱਲਾ ਵੀ ਆਇਆ ਹੋਇਆ ਮਨਸੂਰ ਦੇ ਵਾਲਾ ਹੈਪੀ ਦੇ ਨਾਲ, ਆਓ ਕਹਿੰਦੇ ਪਿਆਰਾ ਭਰਾਵਾਂ ਤੋਂ ਵੱਧ ਕੇ ਵੀ ਯਾਰੀ ਲਾਉਂਦੇ ਨੇ ਜੋ ਦੇਖ ਕੋਠੀਆਂ ਤੇ ਕਾਰਾਂ ਨੂੰ ਘਰੇ ਪੈਣ ਤੰਗੀਆਂ ਤੇ ਛੱਟ ਜਾਣ ਯਾਰਾਂ ਨੂੰ ਛੇੜੇ ਸੱਥ ਵਿੱਚ ਗੱਲ ਤੇ ਫਿਰ ਬੀਬੀ ਘੱਟਦਾ ਆਓ ਯਾਰ
ਪਾਰ ਕਰ ਜਾਵੇ ਗੱਲ ਐਂਟੀਆਂ ਦੇ ਤੱਕ ਦੀ ਹੈ। ਉਹ ਸਾਨੂੰ ਮੇਰੇ ਮਿੱਤਰੋ ਕਦੇ ਗੱਲਾਂ ਕਦੇ ਟਿਕਾਣੇ ਲਾਈਆਂ ਹੈਪੀ ਨੇ ਆ ਵੀ ਸਾਨੂੰ ਬੈਰੀਆਂ ਦੇ ਵਾਰ ਫੁੱਲਾਂ ਵਾਂਗੂ ਲੱਗਦੇ ਤੇ ਕੀਤੀ ਯਾਰਾਂ ਦੀ ਚਲਾਕੀ ਹੈ ਗੋਲੀ ਵਾਂਗ ਵੱਜਦੀ ਹੈ। ਉਹ ਕੀਤੀ ਯਾਰਾਂ ਦੀ ਚਲਾਕੀ ਗੋਲੀ ਵਾਂਗ ਵੱਜਦੀ ਹੈ। ਕਮਾਲ ਕਹਿੰਦੇ ਹੋ ਗਿਆ ਇਧਰ ਨੰਬਰ ਕਹਿੰਦੇ ਇੱਕ ਹੋਰ ਧੱਕਿਆਂ ਵਾਲੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਿਆ ਹੈ। ਕਹਿੰਦੀ ਦੱਸਦੀ ਹੈ ਕਿੰਨੇ ਕਿੰਨੇ ਪੁਆਇੰਟ ਆ ਸੰਧੂ ਲਾਓ ਸਾਹਮਣੇ ਇੱਧਰ ਕਿਤੇ ਪੰਜ ਤੇ ਦੋ ਦੀ ਟੱਕਰ ਆ ਪੰਜ ਤੇ ਦੋ ਦਾ ਮੁਕਾਬਲਾ ਜਿਹੜਾ ਉਹ ਖੇਡ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਮੇਰੇ ਮਿੱਤਰੋ। ਟੀਮਾਂ ਵੱਡੀਆਂ ਨੇ ਔਰ ਸਾਹਮਣੇ ਮੈਂ ਵੇਖਦਾ ਵੀ ਔਰ ਚਰਚੇ ਵੱਡੇ ਘਟਿਆਲੀ ਪਿੰਡ ਖਿਡਾਰੀਆਂ ਦਾ ਇਹ ਖੁਸ਼ੀ ਦਾ ਕਹਿੰਦੇ ਮੇਰੇ ਮਿੱਤਰੋ ਬਹੁਤ ਵੱਡਾ ਨਾਮ ਹੈ ਖੇਡ ਵਾਲੀਬਾਲ ਦੇ ਜਗਤ ਦੇ ਵਿੱਚ। ਇੱਧਰ ਵੀ ਚਰਚੇ ਵੱਡੇ ਆ ਔਰ ਗੱਲਾਂ ਬਾਤਾਂ ਵੱਡੀਆਂ ਨੇ ਕਿਉਂਕਿ ਪਿੰਡ ਹੈ ਇਹਨਾਂ ਖਿਡਾਰੀਆਂ ਦਾ ਇੱਕ ਬਠਿੰਡੇ ਦੇ ਲਾਗੇ ਪੈ ਜਾਂਦਾ ਹੈ ਔਰ ਇੱਕ ਮੇਰੇ ਮਿੱਤਰੋ ਮੋਗੇ ਦੇ ਵਿੱਚ ਪਰ ਆਹ ਮੁੰਡੇ ਫਿਰੋਜ਼ਪੁਰੀਏ ਤਾਂ ਉਹ ਧੰਨ ਧੰਨ ਕਰਵਾਈ ਆਉਂਦੇ ਆ ਗਰਾਊਂਡ ਦੇ ਅੰਦਰ ਮੇਰੇ ਮਿੱਤਰੋ। ਸਿਰੇ ਦੀ ਟੱਕਰ ਜਿਹੜੀ ਖੇਡੀ ਜਾ ਰਹੀ ਹੈ ਵੀ ਮੁੜਕ ਮੁੜਕੀ ਹੋ ਗਿਆ ਲੱਗਿਆ ਚੋਰ ਚੁੱਭਰਾਂ ਦਾ ਕੰਡਾ ਵੀ ਨੀ ਚੁੱਭਦਾ ਜਿਸਮ ਕਠੋਰ ਚੁੱਭਰਾਂ ਦਾ ਚੜੀ ਜਵਾਨੀ ਗਰਮ ਖੂਨ ਆਓ ਲਲਕਾਰੇ ਤਾਂ ਵੱਜਦੇ ਰਾਜੇ ਖਿੱਲੇ ਮਰਦ ਮਦਾਨੋ ਆਓ ਡਰ ਕੇ ਨਹੀਂ ਭੱਜਦੇ ਰਾਜੇ ਖਿੱਲੇ ਮਰਦ ਮਦਾਨੋ ਡਰ ਕੇ ਨਹੀਂ ਭੱਜਦੇ। ਇਹਦੇ ਵਿੱਚ ਕੋਈ ਸ਼ੱਕ ਨੀ ਟੀਮਾਂ ਵੱਡੀਆਂ ਨੇ ਪੰਜ ਤੇ ਦੋ ਦੀ ਟੱਕਰ ਹੈ ਧਰਮਿੰਦਰ ਬਾਈ ਕਲੋਜ਼ ਵਾਈਟਰਾ ਕਟਿਆਲੀ ਉਧਰ ਕਟਿਆਲੀ ਇਧਰ ਚੁੱਕਿਆਲੇ ਡਾਂਗ ਖੜਕਣੀਆਂ ਮੈਨੂੰ ਡਰ ਲੱਗੇ ਮੇਲੇ ਵਿੱਚ ਬੇਲੀਆਂ ਦੀ ਡਾਂਗ ਖੜਕੇ ਬਾਈ ਜੀ ਟੇਕਰੇ ਦੀ ਟੀਮ ਕਿੱਥੇ ਆ ਵੀਰੇ ਟੇਕਰੇ ਦੀ ਬਾਈ ਮੇਰੀ ਬੇਨਤੀ ਆ ਪਨਿਹਾਰੀ ਵਾਲੇ ਮੁੰਡੇ ਨੂੰ ਜਦੋਂ ਅਸੀਂ ਆਏ ਵੀਰ ਬਣ ਕੇ ਮੈਚ ਜਿੱਤੇ 66 ਵਾਲਾ ਜਿਹੜਾ ਰਿਕਾਰਡ ਸੀ। ਹਾਂਜੀ ਸਰ ਡਾਲੀ ਵੀਰੇ ਪੱਕੇ ਵਾਲਾ ਭਰਾ ਸਾਡਾ ਇੱਧਰ ਆਪਣਾ ਉਹਦਾ ਫੋਨ ਟਿਕ ਪਿਆ ਵੀਰੇ ਇੱਥੇ ਜੇਕਰ ਕਿਸੇ ਭਰਾ ਨੂੰ ਮਿਲਿਆ ਹੋਵੇ ਵੀਵੋ ਦਾ ਫੋਨ ਆ ਭਰਾ ਬਣ ਕੇ ਜ਼ਰੂਰ ਉਹ ਸਟੇਜ ਤੇ ਪਹੁੰਚਦਾ ਕਰ ਦਿਓ ਜਾਂ ਕਈ ਵਾਰ ਭੁੱਲ ਜਾਂਦੇ ਹਾਂ ਜਾਬੀ ਕਾਸਮ ਪੱਟੀ ਜ਼ਰੂਰ ਮਿਲ ਲਵੇ ਮੇਰੀ ਬੇਨਤੀ ਆ ਇੱਧਰ ਦੋ ਉੱਧਰ ਪੰਜ ਹੈਲੋ ਮੈਂ ਬੇਨਤੀ ਆ ਵੀਰ ਬਣ ਕੇ ਮੈਂ ਗੱਲ ਕਰਦਾ ਸੀ ਵੀ ਜਦੋਂ ਅਸੀਂ ਇੱਥੇ ਆਏ ਤੇ ਆ ਕੇ ਭਾਈ ਕਮੈਂਟ ਪੜਦੇ ਧਰਮਿੰਦਰ ਬਾਈ ਪੰਜ ਗ੍ਰਾਈ ਠੀਕ ਹੈ ਵੀਰੇ 66 ਟੀਮਾਂ ਐਂਟਰ ਸੀ ਤੇ 33 ਮੈਚ ਸੀ ਭਰਾ ਬਣ ਕੇ ਫਿਰ ਅਸੀਂ ਟੀਮਾਂ ਨੂੰ ਫੋਨ ਕਾਲ ਮੈਸੇਜ ਕੀਤੇ ਵੀ ਤੁਸੀਂ ਆਓ ਇਹ ਕੀ ਹਿਸਾਬ-ਕਿਤਾਬ ਹੈ ਤੁਸੀਂ ਯਕੀਨ ਮੰਨਿਓ ਯਾਰ ਅਸੀਂ ਘੱਟੋ ਘੱਟ 20 ਪਲੱਸ ਟੀਮਾਂ ਕੱਟੀਆਂ ਇਹ ਕੋਈ ਚੰਗੀ ਗੱਲ ਨਹੀਂ ਪਲੇਅਰਾਂ ਵਾਸਤੇ ਤੁਸੀਂ ਫੋਨ ਕਰਕੇ ਲਿਖਾ ਦਿੰਦੇ ਹੋ ਵੀ ਵੀਰੇ ਅਸੀਂ ਖਿੱਡਾਂਗੇ ਐਂ ਕਰਾਂਗੇ ਉਹ ਕਰਾਂਗੇ ਫਿਰ ਉਹਦਾ ਦਾ ਪ੍ਰਬੰਧ ਕਰ ਦਿੰਦੇ ਵੀਰ ਕਰੀਏ ਜੇ ਖੇਡਣਾ ਹੁੰਦਾ ਤਾਂ ਆਇਆ ਕਰੋ
ਜੇ ਨਹੀਂ ਖਿਡਾਉਂਦਾ ਫੀਸ ਵਾਲੀ ਕਿ ਟੀਮ ਹੀ ਨਾ ਟੰਗਲਾ ਕਰੋ ਤਾਂ ਦੁੱਖ ਕੋਈ ਨਹੀਂ। ਗੁਜ਼ਾਰਿਸ਼ ਹੈ ਮੇਰੀ ਵੀਰਾਂ ਨੂੰ ਭਰਾ ਬਣ ਕੇ ਖਿੱਚ ਕੇ ਕਰਿਓ ਪ੍ਰੈਸ਼ਰ ਆਪਾਂ ਜ਼ਰੂਰ ਸਾਹਮਣੇ ਭਰਾ ਤੇ ਪੋਸਟਰ ਦੇ ਮੈਚ ਤੋਂ ਬਾਅਦ ਫਾਈਨਲ ਮੈਚ ਵਾਲੀਬਾਲ ਦੇ ਵਿੱਚ ਹਨੇਰਾ ਹੋ ਜਾਂਦਾ ਹੈ ਤੇ ਹੁਣ ਤੇ ਬਾਈ ਸਨੀ ਖਾਈ ਸਨੀ ਖਾਈ ਕੀ ਹਾਲ ਚਾਲ ਹੈ ਖਾਈ ਵਾਲਿਓ ਜਾਂ ਸਿੱਧੂ ਫਿਰ ਦੇਖੋ ਰੋਸ਼ੇ ਵੀ ਨਹੀਂ ਆਈ ਵੀਰੇ ਦਿਨ ਦਿਨ ਦੇ ਮਤਲਬ ਵੀ ਹੁੰਦੇ ਰਹੇ ਆ ਵੇਰੇ ਮਤਲਬ ਬਾਈ ਬਾਈ ਨਾਲ ਗੱਲ ਕੀਤੀ ਜਾਂ ਸਿੱਧੂ ਰੋਸ਼ੇ ਵੀ ਨਹੀਂ ਆਈ ਭਰਾ ਕਹਿੰਦਾ ਰਾਦੀਪ ਅਸੀਂ 4-4 ਦਿਨ ਵੀ ਜਾਂਦੇ ਰਹੇ ਆ ਕਰੀ ਆਓ ਗਰਾ ਸ਼ੇਰ ਮੁੰਡਾ ਕਹਿੰਦਾ ਕਿਹਾ ਮੈਚ ਨੇ ਬੜਾ ਸਾਰਾ ਲੱਗਣਾ ਮੈਚ ਸਨੀ ਖਾਈ ਸ਼ੇਅਰ ਕਰੀ ਸਨੀ ਖਾਈ ਖਾਈ ਆ ਲਿਓ ਸ਼ੇਅਰ ਕਰ ਦਿਓ ਜਿਹੜਾ ਵਧੀਆ ਵਧੀਆ ਗੁਰਜੀਤ ਜਿਹੜੀ ਖੇਡ ਨੂੰ ਸਾਹਮਣਾ ਜ਼ਰੂਰ ਹੈ ਪਰ ਹਾਰੀ ਦੀ ਟੀਮ ਨੂੰ ਮੇਰੀ ਬੇਨਤੀ ਹੈ ਉਹ ਗਰਾਊਂਡ ਨੰਬਰ 3 ਦੇ ਵਿੱਚ ਮੁੰਡੇ ਆ ਜਾਣਗੇ ਲੈ ਵੀ ਆਓ ਮੇਰਾ ਭਰਾ ਬਣ ਕੇ ਬਹੁਤ ਗੁਰਜੀਤ ਪੁੱਲਰ ਬਹੁਤ ਧੰਨਵਾਦ ਤੁਸੀਂ ਸੁਣਦੀ ਹੋਈ ਗੱਲ ਕਹੀ ਸੰਦੀਪ ਸਿਆਲ ਵਧੀਆ ਵਧੀਆ ਵੀਰੇ ਸਮਾਂ ਮੰਗ ਲੈ ਰਿਹਾ ਕਰਦੇ ਵੀਰੇ ਨੀਚੇ ਲੈ ਜਾ ਕਰਦੇ ਅਪਡੇਟ ਆਪਣੇ ਕੋਲੇ ਟੂਰਨਾਮੈਂਟ ਦੇ ਵਿੱਚ ਵੀ ਆ ਰਹੇ ਮੈਂ ਬੇਨਤੀ ਕਰਦਾ ਯਾਰ ਵੀਰ ਦਾ ਫੋਨ ਡਿੱਗਦਾ ਵੀਵੋ ਦਾ ਹੈਲੋ ਵੀਵੋ ਦਾ ਫੋਨ ਆ ਜੇਕਰ ਕਿਸੇ ਭਰਾ ਨੂੰ ਮਿਲੇ ਤੇ ਸਟੇਜ ਤੇ ਜ਼ਰੂਰ ਆ ਕੇ ਸੰਪਰਕ ਕਰ ਲਿਓ ਜੀ ਬਹੁਤ ਸਾਰਾ ਪਿਆਰ ਵੀਰ ਨੇ ਭੇਜਿਆ ਸੱਚੇ ਪਾਤਸ਼ਾਹ ਪਰਮਾਤਮਾ ਤੁਹਾਨੂੰ ਬਖਸ਼ੇ ਬਿੱਲਾ ਮਨਸੂਰ ਦੇ ਬਾਬਾ ਪ੍ਰਤਾਪ ਦੇ ਨਾਲ ਭਰਾਵਾਂ ਤੋਂ ਵੱਧ ਕੇ ਪਿਆਰ ਹੈ ਔਰ ਬਹੁਤ ਧੰਨਵਾਦ ਵੀਰ ਸਾਡਾ ਕਹਿੰਦਾ 2-5 ਹੈ ਬਾਈ ਮਨਸੂਰ ਦੇ ਬਾਬਾ ਇੱਧਰ 2-5 ਵਾਲੀਬਾਲ ਦੇ ਤੇ ਚਰਚੇ ਜਿਹੜੇ ਵੱਡੇ ਆ ਕਿੱਡਾ ਦਿਮਾਗ ਵਾਲਾ ਹੋਵੇਗਾ ਇਨਸਾਨ ਹੈ ਜਿਸ ਨੇ ਇਹਦੀ ਕਾਢ ਕੱਢੀ ਹੈ ਲੱਖਾਂ ਲੋਕਾਂ ਦੇ ਘਰ ਜਾਂਦੇ ਆ ਸਭ ਹੀ ਇਹ ਭਰਾ ਬਣ ਕੇ ਆਉਣ ਵਾਲੀਆਂ ਪੀੜ੍ਹੀਆਂ ਨੇ ਕਹਿਣਾ ਹੁੰਦੇ ਸੀ ਉਹਨਾਂ ਨੇ ਟੱਕਾ ਨਹੀਂ ਤੋੜਿਆ ਉਹ ਇਹਦੇ ਵਿੱਚ ਕੁਝ ਸੁਧਾਰ ਨਹੀਂ ਕਰਕੇ ਗਏ ਸਭ ਹੀ ਇਹ ਭਰਾ ਬਣ ਕੇ ਪਰ ਇੱਧਰ ਮੈਂ ਜਿਹੜੀਆਂ ਵੱਡੀਆਂ ਨੇ ਹੱਥੀ ਲਾਇਆ ਕੇ ਛੇਤੀ ਬੁੱਧ ਦੀ ਨਾ ਸੁੱਖੀ ਲੋਪੋ ਤੇ ਬਣ ਕੇ ਭਾਂਬੜ ਪੈਂਦੀ ਮੱਤ ਲੋਪੋ ਵਾਲਿਆ ਆਓ ਮਿਹਨਤ ਨਾ ਬੁੱਧੀ ਰਹਿੰਦੀ ਬੋਲਦੀ ਗਰਾਊਂਡਾਂ ਚ ਤੇ ਕਦੇ ਨਾ ਲੁਕਾਇਆ ਲੁਕੇ ਸੱਚ ਲੋਪੋ ਵਾਲਿਆ ਮਿਹਨਤ ਨਾ ਬੁੱਧੀ ਰਹਿੰਦੀ ਬੋਲਦੀ ਗਰਾਊਂਡਾਂ ਚ ਕਦੇ ਨਾ ਲੁਕਾਇਆ ਲੁਕੇ ਸੱਚ ਲੋਪੋ ਵਾਲਿਆ ਇਹਦੀ ਕੰਗਰੇ ਦੀ ਟੀਮ ਆ ਗਈ ਹੈ ਗਰਾਊਂਡ ਦੇ ਕੰਗਰੇ ਵਾਲੇ ਮੁੰਡੇ ਉਹਦੇ ਮੁੰਡੇ ਖੜੇ ਯਾਰ ਗਰਾਊਂਡ ਦੇ ਵਿੱਚ ਰਾਜਪਾਲ ਖੇਡ ਲਓ ਮੇਰਾ ਵੀਰ ਆ ਜਾਓ ਆਓ ਫਿਰ ਗਰਾਊਂਡ ਦੇ ਵਿੱਚ ਤੇ ਆਓ ਸੋਹਣੇ ਵੀਰ ਹਾਂ ਏਦਾਂ ਆਪਾਂ ਕਰੀਏ ਵਰਕ ਕੰਪਿਊਟਰ ਜੀ ਪੁੱਜੇ ਹੋਏ ਨੇ ਆਲੇ ਚਰਚੇ ਹੈ ਮੇਰੇ ਮਿੱਤਰੋਂ ਖੇਡ ਗਰਾਊਂਡਾਂ ਦੇ ਸ਼ਿਕਾਰ ਗੱਭਰੂ ਬਣਦੇ ਆ ਇੱਧਰ ਰੈਫਰੀ ਹੈਗਾ ਜੀ ਕੋਈ ਧੰਨਵਾਦ ਧੰਨਵਾਦ ਜੀ ਮੁੰਡੇ ਵੱਡੇ ਵੀਰ ਮੈਚ ਕਰਵਾ ਭਰਾ ਬਣ ਕੇ ਮੁੰਡਾ ਵੀ ਆਇਆ ਹੋਇਆ
ਤਰਖਾਣ ਵਾਲਾ ਪਿੰਡ ਕਰਾਂਗੇ ਗੋਪਾ ਮਾਨ ਹਰ ਗਿਆ ਵੀਰੇ ਹਰ ਗਿਆ ਗੋਪਾ ਮਾਨ ਤਰਖਾਣ ਵਾਲੇ ਪਿੰਡ ਨੂੰ ਮਨਿੰਦਰ ਵਾਲੀਆ ਸਿੱਖ ਔਰ ਮਾਨ ਇਤਿਹਾਸ ਗੋਪਾ ਮਾਨ ਹਰ ਗਿਆ ਵੀਰੇ ਗੋਪਰੀ ਸੰਦੀਪ ਸਿਆਲ ਵਿਭਿੰਨਤਾ ਦੇ ਨਾਲ ਜੋ ਸੁਲਤਾਨ ਕਰਵਿੰਦਰ ਸਿੰਘ ਸਿੱਧੂ ਦਾ ਮੈਚ ਯਾਦ ਰਹੇ ਉਧਰ ਸਿੱਧੂ ਵਰਗੇ ਖੇਡਦੇ ਪਾਲੀ ਜਾ ਰਿਹਾ ਟੀਮਾਂ ਵੱਡੀਆਂ ਕਲਵੀਰ ਕੌਣੀ ਸੈਮੀ ਕਲਵੀਰ ਇਲਾਕੇ ਦੇ ਵਿੱਚ ਮੇਰੇ ਮਿੱਤਰ ਬੜੀ ਚੱਲਿਆ ਨੀ ਚੱਲਣ ਲੱਗਿਆ ਦੱਸਾਂਗੇ ਉਹ ਸਰਪੰਚ ਵਾਲੇ ਪੇਜ ਤੇ ਦੂਜਾ ਮੈਚ ਸਰਪੰਚ ਪ੍ਰਬੰਧਕ ਹਾਂਜੀ ਹਾਂਜੀ ਵੀਰੇ ਧੰਨਵਾਦ ਧੰਨਵਾਦ ਹਾਂਜੀ ਹਾਂਜੀ ਗੁਰਮੇਲ ਫਰਵਾਈ ਜੀ ਇੱਕ ਮਿੰਟ ਪਹਿਲਾਂ ਸ਼ੁਕਰੀਆ ਹਾਂ ਜ਼ਰੂਰ ਪਾਠ ਕਿੰਨੇ ਹੋ ਗਏ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਹੈ ਦੋ ਪੰਡ ਕੈਮਰੇ ਸਾਹਮਣੇ ਉਧਰ ਹੈਗੇ ਪੰਜ ਪੈਂਟ ਹਾਂਜੀ ਹਾਂਜੀ ਵੀਰੇ ਕੁਲਵੀਰ ਕੌਣੀ ਉਹ ਕਿੰਗਰੇ ਨਾਲ ਵੀਰੇ ਕਿੰਗਰੇ ਨਾਲ ਕੁਲਵੀਰ ਕਿੰਗਰੇ ਨਾਲ ਨਜ਼ਾਰੇ ਲਿਆਉਣੇ ਆ ਨੋਟ ਕਰ ਦੋ ਮੇਰੀ ਗੱਲ ਜਿਹੜੇ ਜਿਹੜੇ ਮੇਰੇ ਭਰਾ ਆਵਾਜ਼ ਸੁਣਦੀ ਹੈ ਜਿੱਥੇ ਤੱਕ ਮੇਰੀ ਜਾਂਦੀ ਆਵਾਜ਼ ਆਹ ਮੈਚ ਨੇ ਨਜ਼ਾਰੇ ਲਿਆਉਣੇ ਆ ਨਜ਼ਾਰੇ ਯਾਦ ਕਰੋਗੇ ਮੈਚ ਵੇਖਿਆ ਸੀ ਬਹੁਤ ਤਕੜਾ ਮੈਚ ਲੱਗਣਾ ਬਈ ਆਹ ਨਜ਼ਾਰੇ ਆ ਜਾਣੇ ਆਹ ਮੈਚ ਦੇਖ ਕੇ ਸੈਮੀ ਮੈਚ ਹੈ ਹਰਨਾ ਕੋਈ ਵੀ ਨਹੀਂ ਚਾਹੁੰਦੀ ਟੀਮ ਇੱਥੇ ਆ ਕੇ ਅਤੇ ਜ਼ੋਰ ਚੁੱਗਿਆਂ ਵਾਲੇ ਵੀ ਪੂਰਾ ਮਾਰੀ ਜਾਂਦੇ ਆ
ਤੇ ਫੈਟ ਘਟਣ ਵਾਲੀ ਵਾਲੇ ਵੀ ਲਗਾਤਾਰ ਟੂਰਨਾਮੈਂਟ ਜਿੱਤ ਕੇ ਪੂਰੇ ਆ। ਲਾਡੀ ਵੜਿੰਗ ਸਹਿਜ ਆਇਆ ਹੋਇਆ ਸਾਡਾ ਛੋਟਾ ਭਰਾ ਬੂਜਾਂ ਵਾਲੇ ਪਿੰਡ ਤੋਂ, ਲਾਡੀ ਵੜਿੰਗ ਲਾਡੀ ਵੜਿੰਗ ਬਾਈ ਬਹੁਤ ਬਹੁਤ ਮੈਂ ਧੰਨਵਾਦ ਕਰਾਂਗਾ ਸਾਡੇ ਭਰਾ ਸਹਿਜ ਦਾ। ਔਰ ਜਦੋਂ ਜਦੋਂ ਵੀ ਕਿਸੇ ਟੂਰਨਾਮੈਂਟ ਤੇ ਆਉਂਦਾ ਹੈ ਤੇ ਬੇਸ਼ੱਕ ਟੀਮਾਂ ਹੋਣ ਘੱਟੋ ਘੱਟ ਪੰਜ ਸੱਤ ਖੇਡਣੇ ਹੁੰਦੇ ਆ, ਸਹਿਜ ਆਇਆ ਹੋਇਆ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਾਂਗਾ ਵੀਰ ਦਾ, ਬਹੁਤ ਬਹੁਤ ਸ਼ੁਕਰੀਆ। ਸਹਿਜ ਆਉਣ ਵਾਲੇ ਟਾਈਮ ਦਾ ਵੱਡਾ ਖਿਡਾਰੀ ਬਣੇਗਾ ਔਰ ਭਰਾ ਸਾਹਿਬ ਦਾ ਕਹਿੰਦਾ ਵੀ ਇਹਨਾਂ ਬੋਲਾਂ ਦਾ ਵੀ ਮਾਣ ਆਪਾਂ ਕਰਾਂਗੇ। ਲਾਲੀ ਸਹਿਜ ਧੰਨਵਾਦ ਮੇਰਾ ਜੀ। ਹੈਲੋ ਸਹਿਜ ਕਹਿੰਦੇ ਨੂੰ ਸਹਿਜ ਸਿਰਾ ਸਿਰਾ ਸਹਿਜ ਗੁੱਡ ਪੁੱਤ ਐਂਡ ਸਿਰਾ ਨਹੀਂ ਹੈ ਜਸਵਿੰਦਰ ਸਿੰਘ ਜੀ, ਜਥੇਦਾਰ ਪਰਵਿੰਦਰ ਸਿੰਘ ਜੀ, ਜੀਤ ਰਾਮਾ ਕੀ ਹਾਲ ਚਾਲ ਹੈ ਜੀਤ ਰਾਮਾ, ਯੋਗਦਾਨ ਆਏ ਆ ਉਹ ਬੱਲੇ ਬਹੁਤ ਵੱਡਾ ਹਰਪ੍ਰੀਤ ਬਰਾੜ ਅੱਗ ਕੱਢੀ ਆਉਂਦਾ ਉਧਰ ਸਿਰਾ ਬਰਾੜਾ ਬਹੁਤ ਧੰਨਵਾਦ ਹਰਪ੍ਰੀਤ ਬਰਾੜ ਸਾਹ ਮਨੀਲਾ ਕੀ ਬਾਤ ਹੈ ਭਰਾਵਾਂ ਵੱਲੋਂ 25 ਸਿਰਾ ਸਿਰਾ ਔਰ ਧੰਨਵਾਦ ਹਰਪ੍ਰੀਤ ਬਰਾੜ ਵੱਲੋਂ ਜਿਹੜੇ ਬਹੁਤ ਧੰਨਵਾਦ 1000 ਦੇ ਯੋਗਦਾਨ ਆਏ ਆ ਬਹੁਤ ਵੱਡਾ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਭਰਾ ਆਪਣੇ ਵੱਡਾ ਮੇਲਾ ਕਰਵਾ ਰਹੇ ਨੇ। ਚੌਧਰੀ ਜਬੈਰ ਜੁਗੀ ਮਨੀਲਾ ਗਿਆਰ ਜੋਰੀਆ ਜੁਗੀ ਥੈਂਕ ਯੂ ਵੀਰੇ ਸਾਡਾ ਬਿਆਤ ਭਾਉ ਤੇ ਯੋਗਾ ਪੂਰਨਮ ਲੱਭਾ ਨਹੀਂ ਆ ਵੀਰੇ ਨਹੀਂ ਆਇਆ ਪੰਟੂ ਨਵਦੀਪ ਸਿੱਧੂ ਬਹੁਤ ਸੋਹਣਾ ਮੈਚ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ ਬਹੁਤ ਧੰਨਵਾਦ ਬਜੀਤ ਗੋਪੀ ਦੱਸੀ ਕਰਲਾਲ ਨੰਬਰ ਕਿੰਨੇ ਕਿੰਨੇ ਖੇਡਿਆ ਦੇ ਤੇ ਘੱਟੇ ਵਾਲੀ ਦੇ ਨੰਬਰ ਰੱਖਦੇ ਭਾਉ ਠੰਡ ਬੰਦਾ ਲੱਗਦਾ ਮੈਨੂੰ ਰੋਹਿਤ ਮਾਂਗਾ ਛੇ ਤਿੰਨ ਜੀ ਉਧਰ ਛੇ ਚੁੱਗਿਆਂ ਦੇ ਸੋਰੀ ਘੱਟਾਂ ਦੀ ਤਿੰਨ ਚੁੱਗਿਆਂ ਦੇ ਲੈ ਵੀ ਆਓ ਮੇਰਾ ਭਰਾ ਬਣ ਕੇ ਬਹੁਤ ਵਧੀਆ ਛੇ ਘੱਟਾਂ ਵਾਲੀ ਦੇ ਤਿੰਨ ਚੁੱਗਿਆਂ ਦੇ ਦੀਪੂ ਬਿਸ਼ਨੋਈ ਮਾਨਵਦੀਪ ਮਾਨਵਦੀਪ ਔਰ ਬੰਦੇ ਗੱਲ ਕਰੀ ਸਵੇਰੇ ਲੱਗ ਗਿਆ ਉੱਡ ਗਿਆ ਕਰਿਓ ਸ਼ੇਰ ਮੜਿਓ ਨੱਪੀ ਆਓ ਕਿਲੇ ਸਾਹਮਣੇ ਮੁਕਾਬਲਾ ਉੱਧਰ ਵੀ ਪੂਰਾ ਟੁੱਟੀ ਦਾ ਗੁਰੂ ਕੰਬੋਜ ਸ਼ੇਖ ਬਾਈ ਦਰਵੀਰ ਜਟਾਣਾ ਦਵਿੰਦਰ ਜਟਾਣਾ ਨਾਲ ਹੀ ਸੁੱਖ ਸੁੱਖ ਇੱਕ ਮਿੰਟ ਇੱਧਰ ਮੇਰਾ ਵੀਰ ਬਣ ਕੇ ਮਿਲਿਓ ਆ ਕੇ ਮੰਡੀ ਬਰਾੜ ਵਧੀਆ ਵਧੀਆ ਮੰਡੀ ਭਰਾ ਬਣ ਕੇ ਇੱਧਰ ਮਿਲਿਓ ਆ ਕੇ ਫਰੀਦਕੋਟ ਦੀ ਟੀਮ ਬਾਈ ਜੇਸ਼ ਹੋਣੀ ਤੁਹਾਨੂੰ ਜਿੱਤੇ ਕਰਦੇ ਜੀ ਹੈਲੋ ਇੱਧਰ ਗੇਮ ਵੀਰੇ ਉਹਨੀਆਂ ਦੀ ਉਹਨੀਆਂ ਦੀ ਸਾਡੇ ਦਾਨੀ ਸੱਜਣ ਨੇ ਭਰਾ ਸਾਡੇ ਉਹਨੀਆਂ ਦੀ ਗੇਮ ਮੈਚ ਬਹੁਤ ਲੰਮਾ ਜਾਣਾ ਹੈ ਬਾਈ ਰਾਜਾ ਮੈਚ ਬਹੁਤ ਲੰਮਾ ਜਾਣਾ ਵੇਖੀ ਚਲਿਓ ਔਰ ਗੁਰਦੇਵ ਸਿੰਘ ਜੀ ਸਿਰਾ ਹੋਣਾ ਸਿਰਾ ਸਵਰਗਵਾਸੀ ਜਗਰੂਪ ਸਿੰਘ ਜੀ ਫੌਜੀ ਸਾਹਿਬ
ਉਹਨਾਂ ਦੇ ਪਰਿਵਾਰ ਅਮਰ ਅਮਰੀਕ ਸੰਧੂ ਉਹਨਾਂ ਵੱਲੋਂ ਹਰਜੀਤ ਚਹਿਲ ਸਿੰਘ ਫੌਜੀ ਗੁਰਨੈਤ ਸਿੰਘ ਕਨੇਡਾ ਰਿਸਲ ਖਾਨ ਉਹਨਾਂ ਵੱਲੋਂ 5100 ਰਿਸਲ ਖਾਨ ਆਸਟ੍ਰੇਲੀਆ ਦੇ ਨਾਲ ਦੀਪਾ ਸਰਾ ਗੁਰਵਿੰਦਰ ਬਾਬਾ ਧੰਨਵਾਦ 5100 ਕਰਿਓ ਸ਼ੇਅਰ ਭਾਈ ਮੇਰੇ ਭਰਾ ਇੱਕ ਇੱਕ ਦਾ ਸ਼ੇਅਰ ਕਰੋ ਵੀਰੇ 300 ਸ਼ੇਅਰ ਤਾਂ ਕਰੋ ਜਗਦੀਪ 300 ਬੰਦਾ ਲਾਈਵ ਹੋਣਾ ਇੱਕ ਇੱਕ ਸ਼ੇਅਰ ਤਾਂ ਕਰੋ ਜ਼ਰੂਰ ਨਾਲ ਬਾਈ ਗੋਰਾ ਕਨੇਡਾ ਅਜਮੇਰ ਸਿੰਘ ਜੀ ਉਹਨਾਂ ਵੱਲੋਂ 2100 ਨਾਲ ਭਰਾ ਸਾਡਾ ਸ਼ਿਕਾਰੀ ਨੱਡਾ ਨਾਲ ਬਾਈ ਸੁੱਖਾ ਉਹਨਾਂ ਵੱਲੋਂ 2100 ਔਰ ਸਰਦਾਰ ਟਹਿਲ ਸਿੰਘ ਜੀ ਕਨੇਡਾ ਉਹਨਾਂ ਵੱਲੋਂ ਵੀ 2100 ਦੇ ਵੱਡੇ ਯੋਗਦਾਨ ਆਏ ਧੰਨਵਾਦ ਧੰਨਵਾਦ ਬਹੁਤ ਬੜਾ ਧੰਨਵਾਦ ਸਾਰੇ ਵੀਰਾਂ ਦਾ ਨੱਪਿਓ ਕੰਮ ਨੂੰ ਤੇ ਨਾਲ ਭਾਈ ਯਾਦਵਿੰਦਰ ਸਰਾ ਉਹਨਾਂ ਵੱਲੋਂ 2100 ਪਾਲ ਸਿੰਘ ਸਰਾ ਉਹਨਾਂ ਵੱਲੋਂ 2100 ਗੋਰਾ ਗਿੱਲ ਤੇ ਨਾਲ ਭਾਈ ਕਾਲਾ ਗਿੱਲ ਉਹਨਾਂ ਵੱਲੋਂ 1500 ਢਿੰਡਾ ਕਨੇਡਾ ਉਹਨਾਂ ਵੱਲੋਂ 1500 ਲਵ ਸਰਾ 1500 ਸੁਖਦੇਵ ਕਨੇਡਾ ਰੋਟਿਆਂ ਵਾਲਾ ਆ ਗਿਆ ਲਾਈਵ ਤੇ ਆਹ ਬਰਾੜ ਲਾਈਵ ਤੇ ਆ ਗਿਆ ਚੁੱਕਿਆਂ ਦਾ ਕੰਮ ਚੱਲ ਪਿਆ 1100 ਰਾਜੀ ਕਮੋਜ ਵਿੱਕੀ ਬਰਾੜ ਗੁਰਵਿੰਦਰ ਗੁਰੂ ਕਮੋਜ ਉਹਨਾਂ ਵੱਲੋਂ 1100 ਸਹੀ ਚੱਲੀ ਜਾਂਦਾ ਭਾਈ ਆਪਣਾ ਹਰਪਾਲ ਜੀ ਉਹਨਾਂ ਵੱਲੋਂ ਕਰਿਓ ਮੇਰੇ ਵੀਰ ਰੇਸ਼ਮ ਜੀ ਉਹਨਾਂ ਵੱਲੋਂ 1100 ਤਲਵਿੰਦਰ ਉਹਨਾਂ ਵੱਲੋਂ 1100 ਨਾਲ ਵਿਕਰ ਸਿੰਘ ਜੀ ਸਾਬਕਾ ਸਰਪੰਚ ਆਹ ਮੈਚ ਨੂੰ ਕੰਮ ਤੋੜ ਦਿੰਦੇ ਆ ਦੀਪੂ ਸਰਾ ਉਹਨਾਂ ਵੱਲੋਂ 1100 ਡਾਕਟਰ ਰਾਹੁਲ ਉਹਨਾਂ ਵੱਲੋਂ 1100 ਔਰ ਬਚਿੰਦਰ ਪੰਚ ਜੀ ਉਹਨਾਂ ਵੱਲੋਂ 1100 ਸੁਖਜਿੰਦਰ ਗਿੱਲ ਉਹਨਾਂ ਵੱਲੋਂ 1100 ਅਰਜਿੰਦਰ ਕੁਮਾਰ ਸੈਮੀ ਕਲੀਅਰ ਨਹੀਂ ਹੋਏ ਭਾਈ ਜੀ ਜੀਵਨ ਸਰਾ 1100 ਸ਼ੇਖ ਬਾਰੜ ਨਾਲ ਸੈਮੀ ਫਾਈਨਲ ਕਲੀਅਰ ਨਹੀਂ ਹੋਏ ਸਰਾ ਉਹਨਾਂ ਵੱਲੋਂ 1100 ਮਨਦੀਪ ਸਰਾ ਜੀ ਉਹਨਾਂ ਵੱਲੋਂ 1100 ਓਕੇ ਓਕੇ ਜੀ ਦਾ ਥੈਂਕ ਯੂ ਚੈਲ ਬੜਾ ਧੰਨਵਾਦ ਆ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਹਰਜੀਤ ਚੈਲ ਉਹਨਾਂ ਵੱਲੋਂ ਹੈਪੀ ਕਮੋਜ ਰੋਹਿਤ ਕੁਮਾਰ 1100 ਲਵਲੀ ਅੱਲਾ ਥੈਂਕ ਯੂ ਕਰੇ 1100 ਵੀਰ ਸਿੰਘ ਜੀ ਉਹਨਾਂ ਵੱਲੋਂ 1100 ਮਨਜੀਤ ਪੱਖੀ ਭਰਾ ਸਾਡਾ ਉਹਨਾਂ ਵੱਲੋਂ 1100 ਡਾਕਟਰ ਜਗਸੀਰ ਸਿੰਘ ਜੀ ਉਹਨਾਂ ਵੱਲੋਂ 1100 ਪਵਨ ਸਰਾ ਉਹਨਾਂ ਵੱਲੋਂ 1100 ਔਰ ਰਿਪੂ ਸਰਾ ਉਹਨਾਂ ਵੱਲੋਂ 1100 ਨਾਲ ਕਮਲਜੀਤ ਸਰਾ ਉਹਨਾਂ ਵੱਲੋਂ 1100 ਜੁਬਨ ਸਰਾ ਤੇ ਮਨਜੋਤ ਸਰਾ ਅਮਰੀਕ ਪੰਜ ਜੀ ਉਹਨਾਂ ਵੱਲੋਂ 1100 ਅਨਮੋਲ ਸਰਾ ਉਹਨਾਂ ਵੱਲੋਂ 1100 ਗੁਰਤਾਜ ਸਰਾ ਤੇ ਵਾਰਿਸ ਸਰਾ ਉਹਨਾਂ ਵੱਲੋਂ 1100 ਨਵਦੀਪ ਸਿੰਘ ਖਾਲਸਾ ਉਹਨਾਂ ਵੱਲੋਂ 1100 ਨਾਲ ਪੀਤਾ ਕਨੇਡਾ ਭਰਾ ਵੱਲੋਂ 1100 ਸਾਹਿਲ ਮਿੱਤਲ ਜੀ ਉਹਨਾਂ ਵੱਲੋਂ 1100 ਜਥੇਦਾਰ ਮੇਵਾ ਸਿੰਘ ਜੀ ਉਹਨਾਂ ਵੱਲੋਂ 1100 ਹਰਵੀਰ ਮਨੀ ਸ਼ਰਮਾ ਮਿੰਟੂ ਬਾਈ ਮਨੀ ਸ਼ਰਮਾ ਮਿੰਟੂ ਬਾਈ ਬਹੁਤ ਧੰਨਵਾਦ ਯੁਵਰਾਜ ਸਰਾ ਉਹਨਾਂ ਵੱਲੋਂ 4200 ਗੁਰਲਾਲ ਸਰਾ ਤੇ ਨਾਲ ਭਰਾ ਸਾਡਾ ਲਵ ਸਰਾ ਉਹਨਾਂ ਵੱਲੋਂ 4100 ਰਮਣਾ ਫੌਜੀ ਤੇ ਅਰਸਾ ਸਰਾ ਉਹਨਾਂ ਵੱਲੋਂ 3300 ਜਸਮਨ ਗਿੱਲ ਤੇ ਲੱਖਾ ਬਰਾੜ ਉਹਨਾਂ ਵੱਲੋਂ ਮਨੀ ਸ਼ਰਮਾ ਮਿੰਟੂ ਬਾਈ ਸਤਿ ਸ਼੍ਰੀ ਅਕਾਲ ਜੀ ਮੁੰਡਿਆਂ ਵਾਲਿਓ ਹੈਲੋ ਲਵੀ ਗੁਰਲਾਲ ਦੇ ਦਰਬਾਰ ਸਿੱਧੂ ਬਰਾੜ ਦੁਨੀਆਂ ਦਾ ਕਿਤੇ ਮੇਰਾ ਵੀ ਬਾਈ ਜੀ ਫੋਨ ਡਿੱਗਿਆ ਪਰ ਮਾਤਾ ਦਾ ਬੇਨਤੀ ਕਰਨਾ ਹੈ ਫਾਈਨਲ ਨਹੀਂ ਕਲੀਅਰ ਹੋਏ ਭਈਆ ਦੇ ਆਸੇ ਪਾਸੇ ਕਿਸੇ ਭਰਾ ਨੇ ਦੇਖਿਆ ਬੰਦਰ ਪਾਠ ਆਹ ਬੰਦੇ ਪ੍ਰਵਿੰਦਰ ਕੀ ਆ ਰਿਹਾ ਜੱਟਾ ਹੈਲੋ ਵੀਵੋ ਦਾ ਫੋਨ ਆ ਪੱਕਿਆ ਵੀਰਾਂ ਦਾ ਫੋਨ ਡਿੱਗ ਪਿਆ ਨਾਲ ਹੀ ਸੁੱਖ ਉਹਨਾਂ ਨੂੰ ਮੈਂ ਬੇਨਤੀ ਕਰਦਾ ਸਟੇਜ ਤੇ ਆ ਕੇ
ਬਾਈ ਰਜੇਸ਼ ਸ਼੍ਰੀਕੋਟ ਜੀ ਨਾਲ ਜਰੂਰ ਮਿਲ ਲਓ। ਔਰ ਜੇਕਰ ਕਿਸੇ ਭਰਾ ਨੂੰ ਦੇਖਿਆ ਹੋਵੇ ਫੋਨ ਤੇ ਫੋਨ ਜਰੂਰ ਨਾਲ ਖੁਸ਼ਪ੍ਰੀਤ ਜੀ ਵਧੀਆ ਵਧੀਆ ਪ੍ਰਬੰਧਰ ਸ਼ੇਅਰ ਕਰੀ ਪ੍ਰਬੰਧਰ ਖੱਟ ਕੇ ਸਤਾਰਨ ਪਾਉ ਮਨਪ੍ਰੀਤ ਸਰਾਮ ਤੇ ਆਕਾਸ਼ਦੀਪ ਸਰਾਮ ਸਾਰੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਹੈ। ਬਰਾਬਰੀ ਤੇ ਮੈਚ ਹੈ ਪੰਜ ਚੁੱਕਿਆਂ ਦੇ ਛੇ ਘੱਟੇ ਵਾਲੀ ਦੇ ਬੋਲਦੇ ਨੇ ਇੱਧਰ ਚੁੱਕੇ ਉੱਧਰ ਘੱਟੇ ਵਾਲੀ ਕੀ ਬੋਲਦਾ ਬਾਈ ਫੋਨ ਡੱਗਿਆ ਪੱਕੇ ਵਾਲੇ ਭਰਾ ਨੇ ਆਪਣੇ ਔਰ ਮੈਚ ਵੇਖਣ ਦੇ ਲਈ ਆਏ ਸੀ ਔਰ ਉਹਨਾਂ ਦਾ ਫੋਨ ਡੱਗਿਆ ਜੇ ਵੀਵੋ ਦਾ ਫੋਨ ਹੈ ਜੇ ਕਿਸੇ ਵੀਰ ਨੂੰ ਮਿਲਿਆ ਤੇ ਭਰਾ ਬਣ ਕੇ ਵੀਰਾਂ ਨਾਲ ਜ਼ਰੂਰ ਸੰਪਰਕ ਕਰਿਓ ਜਾਂ ਪ੍ਰਬੰਧਕ ਦੀ ਕਮੇਟੀ ਕੋਲੇ ਪਹੁੰਚਦਾ ਕਰਦੇ ਹੋ ਮੇਰੀ ਬੇਨਤੀ ਹੈ ਸਾਡੇ ਵੀਰਾਂ ਨੂੰ ਉਹ ਬੱਲੇ ਸਾਫੂ ਵਾਲੀ ਗੁਰਪ੍ਰੀਤ ਲਾਈਵ ਤੇ ਆ ਗਿਆ ਇੱਧਰ ਹੈਲੋ ਬਾਈ ਜੀ ਇੱਕ ਵਾਰ ਫੇਰ ਬੇਨਤੀ ਹੈ ਫੋਨ ਡਿੱਗਦਾ ਇੱਧਰ ਪੱਕੇ ਵਾਲੇ ਵੀਰਾਂ ਦਾ ਔਰ ਜੇਕਰ ਕਿਸੇ ਭਰਾ ਨੂੰ ਮਿਲੇ ਵੀਵੋ ਦਾ ਫੋਨ ਆਉਂਦੇ ਜ਼ਰੂਰ ਮੇਰਾ ਵੀਰ ਬਣ ਕੇ ਸੰਪਰਕ ਕਰਿਓ। ਹਾਂਜੀ ਚਲੋ ਬਾਈ ਉਧਰ ਗੁਰਪ੍ਰੀਤ ਗਿੱਲ ਸਾਫੂ ਵਾਲੀਆਂ ਸਾਡਾ ਭਰਾ ਵੱਸਦਾ ਕੈਨੇਡਾ ਦੇ ਵਿੱਚ ਉਹ ਵੀ ਅੱਜ ਦੇ ਵੱਡੇ ਕੱਪ ਦੇ ਨਾਲ ਕਹਿੰਦੇ ਲਾਈਵ ਜਿਹੜਾ ਬੈਠਾ ਹੈ ਬਹੁਤ ਵੱਡਾ ਮੈਂ ਧੰਨਵਾਦ ਕਰਾਂਗਾ ਜਿੰਨੇ ਵੀ ਸਾਡੇ ਜ਼ਿੰਦਗੀ ਦੇ ਅਜ਼ੀਜ਼ ਮਿੱਤਰ ਨੇ ਜਿਹੜੇ ਭਰਾ ਸਾਡੇ ਲਾਈਵ ਤੱਕ ਦੇ ਜਿਹੜੇ ਵੱਡੇ ਕੱਪ ਨੂੰ ਸਾਰੀ ਸੰਗਤ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ। ਉਧਰ ਵੱਡੇ ਵੱਡੇ ਪ੍ਰਮੋਟਰ ਕਹਿੰਦੇ ਜੁੜ ਗਏ ਆ ਲੈ ਵੀ ਚੋਟੀ ਦਾ ਮੈਚ ਹੈ ਦੋਨੋਂ ਸੈਮੀਫਾਈਨਲ ਮੈਚ ਕਹਿੰਦੇ ਉਧਰ ਭਨਿਆਰੀ ਦਾ ਬੇਟਾ ਕਹਿੰਦੇ ਮੁੰਡੇ ਵੀ ਹੈ ਉਹ ਕਹਿੰਦੇ ਦਿਨੋ ਦਿਨ ਗੱਭਰੂ ਤਰੱਕੀ ਕਰਦੇ ਘਰੇ ਆ ਤੇ ਮਿਹਨਤ ਦੇ ਨਾਲ ਗੁੱਡੀ ਅੰਬਰਾਂ ਤੇ ਚੜ੍ਹੀ ਆ ਉਹ ਮਿਹਨਤਾਂ ਦੇ ਨਾਲ ਗੁੱਡੀ ਲਾਈਵ ਸਹੀ ਚੱਲੀ ਜਾਂਦਾ ਆਪਣਾ ਗੁਰਪ੍ਰੀਤ ਤਮਾਮ ਦੇ ਮੈਚ ਹੈ ਗਿੱਲ ਸਾਹਿਬ ਲਾਈਵ ਸਹੀ ਚੱਲੀ ਜਾਂਦਾ ਆਪਣਾ ਦੇ ਵਿੱਚ ਕੀ 7-5 ਉਧਰ 7-5 ਹੈ ਜੀ 6-5 ਯਾਰ ਕੋਈ ਜ਼ਰੂਰੀ ਗੱਲ ਆ ਉਹ ਫੋਨ ਦੇ ਵਿੱਚ ਦੇਖਣ ਕਿਸੇ ਭਰਾ ਨੂੰ ਫੋਨ ਮਿਲੇ ਤੇ ਵੀਰ ਕਹਿੰਦੇ ਆਪਾਂ 1100 ਓਕੇ 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 ਸ਼੍ਰੀ ਵਾਲਿਓ ਸਿਮਰਨ ਕੰਬੋਜ ਮਨੀਸ਼ ਬਿਸ਼ਨੋਈ ਧੰਨਵਾਦ ਜੀ ਧੰਨਵਾਦ ਥੈਂਕ ਯੂ ਬਾਈ ਕੰਮ ਹੀ ਆਪਣਾ ਯਾਰ ਓਕੇ ਓਕੇ ਕੰਮ ਹੀ ਆਪਣਾ ਕਰਕੇ ਬੋਲਦੇ ਚੱਲ ਕੋਈ ਨੀ ਯਾਰ ਕਿਸੇ ਭਰਾ ਕੋਲੇ ਨਾ ਪੱਕੇ ਵਾਲੇ ਮੁੰਡਿਆਂ ਦਾ ਵੀਵੋ ਦਾ ਫੋਨ ਡੈਗ ਪਿਆ ਕਈ ਵਾਰੀ ਬੰਦਾ ਇੱਥੇ ਆਇਆ ਹੁੰਦਾ ਨਾ ਜੇ ਕੋਈ ਹੁੰਦਾ ਉਹਨੇ ਬੁਲਾ ਦੇਣਾ ਸੀ ਫੜਾ ਜਾਣਾ ਸੀ ਫੋਨ ਗਵਾਚ ਗਿਆ ਯਾਰ ਪੱਕੇ ਵਾਲੇ ਮੁੰਡੇ ਦਾ ਵਾਪਸੀ ਕੀਤੀ ਹੈ ਚੰਦ ਵਾਂਝੇ ਪਿੰਡ ਦਾ ਕਿੱਡਾ ਪੁੱਜਿਆ ਹੋਇਆ ਹੈ ਔਰ ਮਿੰਟ ਦੇ ਬਾਂਝੇ ਕਲਾ ਸ਼ਖਸਮ ਹੈ ਬਰਾਬਰੀ ਦੀ ਟੱਕਰ ਕੌਣ ਜੋੜਦਾ ਆਪਣੀ ਟੀਮ ਦੇ ਲਈ ਹੈ ਵੀ ਅੱਜ ਟੱਕਰ ਇਹਨੇ ਹਾਰੀਆਂ ਨੂੰ ਹਾਰ ਮਿੱਤਰੋ ਆਓ ਭੱਜ ਜਾਓ ਇੱਕੋ ਚਿੱਕੇ ਬਾਣ ਮਿੱਤਰੋ ਤੇ ਰਾਜਾ ਖੇਲਾ ਲਿਖੇ ਗੱਲ ਲੱਖ ਲੱਖ ਦੀ ਹੈ ਔਰ
ਧੁੱਪ ਪੈ ਗਈ ਹੈ, ਧੁੱਪ ਪੈ ਗਈ, ਕੰਬਰ ਵਛੇ ਦੇ ਬੰਦੇ ਕੰਪ ਗਈ ਹੈ, ਧੁੱਪ ਕਹਿੰਦੇ ਪਈ ਹੋਈ ਆ। ਇੱਧਰ ਪੰਜ ਪੁਆਇੰਟ ਖੇਡਿਆ ਜਾ ਰਿਹਾ, ਲਾਓ ਸਾਹਮਣੇ ਖੇਡ ਜਿਹੜੀ ਮੁੰਡੇ ਖੇਡ ਰਹੇ ਆ ਨੌਜਵਾਨਾਂ ਵੀ ਚੜ ਜਾਵੇ ਗੁੱਡੀ ਬਹੁਤੀ ਹਵਾ ਨਹੀਂ ਕਰੀਦੀ ਗੱਲ ਕਹਿੰਦੇ ਸਮੇਂ ਸਮੇਂ ਦੀ ਹੈ, ਸਮਾਂ ਟੀਮਾਂ ਦੋਨੋਂ ਬਹੁਤ ਤਕੜੀਆਂ ਟੀਮਾਂ ਹੈ। ਅੱਜ ਸਾਰੇ ਭਾਈ ਦਿਆ ਭਾਈ ਜ਼ਰੂਰ ਜ਼ਰੂਰ ਕਵਾਂਗੇ ਹੁਣ ਦੇ ਸਮੇਂ ਦੇ ਹੈ। ਕਬਰ ਵਸਿਆਲਿਆਂ ਨੇ ਕਹਿੰਦੇ ਸਾਰੇ ਸਾਰੇ ਆਇਆ ਹੈ, ਇਹ ਪਿਆਰ ਦੀ ਬਦੌਲਤ ਪੁੱਜੇ ਹੈ, ਹਰੀ ਵਾਲੇ ਆਏ ਵੀਰੇ, ਕਿ ਲਗਾਤਾਰ ਮੈਚ ਚੱਲ ਰਹੇ ਹੈ, ਪਰ ਜਿੰਨੇ ਵੀ ਖਿਡਾਰੀ ਆਏ ਹੈ ਤੇ ਸਾਰੇ ਕਲੱਬ ਨੇ ਉਹ ਸਾਰੇ ਖਿਡਾਰੀਆਂ ਦਾ ਜੀ ਆਇਆ ਧੰਨਵਾਦ ਹੈ। ਜਿਹੜੇ ਨਿੱਘੇ ਸੋਚੇ ਦੇ ਪੁੱਜੇ ਹੈ ਗੰਗਾ ਨਗਰ ਦੀਆਂ ਤਰਸੇਮ ਵੀ ਕਹਿੰਦੇ ਅੱਜ ਵਿਸ਼ੇਸ਼ ਤੌਰ ਤੇ ਪੁੱਜੇ ਹੈ, ਉਹ ਭਰਾ ਦਾ ਵੀ ਵੱਡਾ ਧੰਨਵਾਦ ਹੈ। ਇੱਧਰ ਚਾਰ ਜਿਹੜੇ ਨੰਬਰ ਕਿੰਦਰੇ ਦੀ ਟੀਮ ਦੇ ਹੈ ਤੇ ਪੰਜ ਨੰਬਰ ਹੈ ਭਣਿਆਰੀ ਦੀ ਟੀਮ ਦੇ, ਇੱਧਰ ਵੀ ਸੇਮੀ ਬਹੁਤ ਤਕੜਾ ਨੰਬਰ ਹੈ, ਚੋਟੀ ਦਾ ਮੁਕਾਬਲਾ ਜਿਹੜਾ ਗਰਾਊਂਡ ਦੇ ਵਿੱਚ ਇੱਕੋ ਸਾਡੀ ਗਲੀ ਪਿੰਡ ਵੇ ਤੇ ਪਿੰਡਾਂ ਵਾਲਿਆਂ ਦੀ ਤੂੰ ਹਿੰਡ ਵੇ, ਆ ਮੁੰਡੇ ਕਹਿੰਦੇ ਪੱਕੀਆਂ ਹਿੰਡਾਂ ਦੇ ਹੈ ਔਰ ਕੰਧਾਂ ਦੇ ਵਿੱਚ ਕਿੱਲ ਲਾਉਣ ਦਾ ਦਮ ਰੱਖਦੇ ਮੁੰਡੇ ਤੇ ਕਰਾਰੀਆਂ ਕਹਿੰਦੇ ਮੇਰੇ ਮੈਨੂੰ ਭੋਰ ਦਾ ਦਮ ਰੱਖਦੀਆਂ ਟੀਮਾਂ ਔਰ ਆਪਣੇ ਮੇਰੇ ਮਿੱਤਰੋਂ ਵੱਡੀ ਹੈ ਉਧਰ ਪੀਤਾ ਸਾਡਾ ਕਹਿੰਦਾ ਵੀ ਅਗਲੇ 51,000 ਆਪਣੇ ਵੱਲੋਂ ਹੋਣਾ ਹੈ, ਅਗਲੇ ਸਾਲ ਦਾ ਨੀਂਹ ਪੱਥਰ ਵੀ ਰੱਖ ਦਿੱਤਾ ਹੈ ਤੇ ਪਹਿਲਾ ਨਾਮ ਸੰਤ ਮਹਾਂਪੁਰਸ਼ ਕਹਿੰਦੇ ਵੀ ਜਿੰਨਾ ਸਮਾਂ ਟੂਰਨਾਮੈਂਟ ਜਿੰਨਾ ਵੀ ਮੁੰਡੇ ਰੱਖਣਗੇ ਉਹ ਸੰਤ ਮਹਾਂਪੁਰਸ਼ਾਂ ਵੱਲੋਂ ਹੋਣਾ ਹੈ, ਵੱਡੇ ਮਾਣ ਵਾਲੀ ਗੱਲ ਹੈ। ਅਗਲੇ ਸਾਲ ਦੇ ਨੀਂਹ ਪੱਥਰ ਵੀ ਰੱਖਦੇ ਹੈ ਤੇ ਮਨੀਲਾ ਵਾਲਿਆਂ ਨੇ ਵੀ ਅਗਲੇ ਬਹੁਤ ਸੋਹਣਾ ਚੰਡਿਆ ਚੇਲਾ ਹੈ ਜੀ ਤੇ ਹੁਣ ਬਾਹਰ ਲੱਗੀ ਹੈ। ਆਓ ਸਾਹਮਣੇ ਜੀ ਮੁੰਡਿਆਂ ਦੇ ਮੁੰਡਿਆਂ ਫਰੀਦ ਕੋਟੀਆ, ਆਓ ਤੇਰੇ ਫੁੱਲਾਂ ਤੇ ਸਰਾਰਤ ਨੱਚਦੀ ਹੈ, ਨੰਬਰ ਵਿੱਕੀ ਜੁੜਿਆ ਕਿ ਨਹੀਂ ਦਰਸ਼ਨਲਾਲ ਧੰਨਵਾਦ ਛੇ ਤੇ ਸੱਤੀ ਹੈ ਨਾ ਤੇ ਜ਼ਿੰਦਗੀ ਦਾ ਮਾਣ ਆ ਭਰਾ ਸਾਡਾ, ਉਹ ਗੱਲਾਂ ਬਾਤਾਂ ਉਹਦੀਆਂ ਵੀ ਸੱਤ ਸਮੁੰਦਰੋਂ ਪਾਰ ਹੁੰਦੀਆਂ ਨੇ,
ਕੁਝ ਬੰਦੇ ਨਸਲ ਦੇ ਹੁਣ ਅਜਗਰ ਮਾਰ ਕੁੰਡਲੀ ਜੜਾਂ ਦੇ ਵਿੱਚ ਬਹਿੰਦੇ ਨੇ ਐਸੇ ਯਾਰਾਂ ਕੋਲ ਰੱਬ ਹੀ ਪੰਜਾਬ ਦੇ ਜਿੰਦਰਾ ਖਾ ਕੇ ਇੱਕ ਭਾਂਡੇ ਵਿੱਚ ਜੋ ਮਾਣਾ ਕਹਿੰਦੇ ਨੇ ਆਹ ਕਰਿਆ ਦਾ ਕਰ ਵਿਸ਼ਵਾਸ ਮੇਰਾ ਭੋਲਿਆ ਇੱਥੇ ਯਾਰ ਹੀ ਯਾਰ ਉੱਤੇ ਪੌਣ ਟੋਪੀਆਂ ਬਦਲਿਆ ਦੌਰ ਜਮਾਨਾ ਤੇਜ ਹੋ ਗਿਆ ਯਾਰੀ ਟੁੱਟੀ ਤੋਂ ਸੁਣਾਉਂਦੇ ਵੇਖੇ ਮੈਂ ਯਾਰ ਆਹ ਯਾਰੀ ਟੁੱਟੀ ਤੋਂ ਸੁਣਾਉਂਦੇ ਵੇਖੇ ਬਾਣ ਸਨਮਾਨ ਹੈ ਬਾਣ ਸਨਮਾਨ ਜਿਹੜਾ ਫਰੀਦਕੋਟ ਹੀਰ ਦੇਸ਼ ਦਾ ਕੀਤਾ ਜਾ ਰਿਹਾ ਕਦੇ ਗੱਲਾਂ ਕੀਤੀਆਂ ਚੰਨੂਵਾਲਾ ਔਰਤ ਨੇ ਵੀ ਪੈਰਾਂ ਦਾ ਚੰਨੂਵਾਲਾ ਕਹਿੰਦੇ ਜੀਤ ਤਲਵਾਰ ਪਿੰਡਰ ਸਵਾਲ ਭਾਈ ਇਹਦਾ ਦੇਸ਼ ਨੂੰ ਦੇ ਨਾਲ ਵਿੱਚੀ ਬਰਾੜ ਰੋਟੇ ਕੈਲਗਰੀ ਵਾਲੇ ਜੱਟ ਲਾਈ ਉਧਰ ਚੰਡੀ ਦਾ ਬਾਬਾ ਧਰਵਾਦ ਜਿਹੜੇ ਜਿਲੇ ਚੰਡ ਕੇ ਉਹਨੇ ਕਰਾਉਣੇ ਵਿੱਚੀ ਦਾ ਵੱਡਾ ਪਾ ਦੁਨੀਆ ਦੇ ਮਹਾਨ ਬਣਾਤੇ ਆ ਜਾਂ ਕਹੀਏ ਵੀ ਬਹੁਤ ਨਵੇਂ ਖਿਡਾਰੀ ਇੱਥੋਂ ਖੇਡ ਵਾਲੀ ਵਾਲੀਆਂ ਫਰੀਕੀਆਂ ਸਿੱਖ ਕੇ ਆ ਤੇ ਵੱਡੇ ਵੱਡੇ ਕਹਿੰਦੇ ਸਟਾਰ ਬਣ ਗਏ ਮੁੰਡੇ ਆ ਔਰ ਕਦੇ ਮੇਲਿਆਂ ਤੇ ਅੱਜ ਕੱਲ ਉਹਨਾਂ ਦੀ ਮੰਗ ਰਹਿੰਦੀ ਹੈ ਰਾਵੀ ਬਾਈ ਫਰੀਦਕੋਟ ਹੀਰ ਰਜੇਸ਼ ਦਾ ਸਨਮਾਨ ਕੀਤਾ ਜਾ ਰਿਹਾ ਹੈ ਮੈਂ ਬੇਨਤੀ ਕਰਦਾ ਜਿੰਨੀ ਵੀ ਸੰਗਤ ਹੈ ਔਰ ਜਿਹੜੇ ਜਿਹੜੇ ਜਾਣਦੇ ਫਰੀਦਕੋਟ ਹੀਰ ਰਜੇਸ਼ ਦੀ ਖੇਡ ਖੇਡੀ ਹੋਈ ਨੂੰ ਇੱਕ ਵਾਰੀ ਜੋਰ ਵੀਰ ਬਣ ਕੇ ਰਜੇਸ਼ ਬਹੁਤ ਵੱਡੀਆਂ ਮੁਬਾਰਕਾਂ ਸੱਚੇ ਪਾਤਸ਼ਾਹ ਪਰਮਾਤਮਾ ਇਹਨਾਂ ਦੀ ਉਮਰ ਦਰਾਜ ਤੇਰੇ ਮੇਰੀਆਂ ਤੇ ਦੁਆਵਾਂ ਨੇ ਔਰ ਇਸੇ ਤਰ੍ਹਾਂ ਇਹਨਾਂ ਖੇਡ ਦੇ ਗਰਾਊਂਡਾਂ ਵਿੱਚ ਹੱਸਦੇ ਖੇਡਦੇ ਰਹਿਣ ਔਰ ਇਹਨਾਂ ਖੇਡ ਦੇ ਗਰਾਊਂਡਾਂ ਦਾ ਸ਼ਿੰਗਾਰ ਬਣਦੇ ਰਹਿਣ ਬਹੁਤ ਬਹੁਤ ਮੁਬਾਰਕਾਂ ਉੱਥੇ ਬਹੁਤ ਧੰਨਵਾਦ ਮੈਂ ਕਰਾਂਗਾ ਸਾਰੇ ਕੱਬਰ ਬਾਦਸ਼ਾਹ ਦੇ ਜਸਵੀਰ ਬਰਾੜ ਚੰਨੂਵਾਲ ਗਿਆ ਲੋ ਮੈਂ ਇੱਧਰ ਵੀ ਬਹੁਤ ਵਧੀਆ ਮੇਰੇ ਪੰਜਾਬੀ ਵੀਰ ਤਿੰਨ ਨੰਬਰ ਗਰਾਊਂਡ ਤੇ ਪੰਜ ਜਿਹੜੇ ਨੰਬਰ ਕਿੰਗਰੇ ਵਾਲੇ ਮੁੰਡਿਆਂ ਦੇ ਭੇਜੇ ਸਰਾਬ ਦਾ ਪਿੰਡ ਹੈ ਜਸਵਿੰਦਰ ਬਰਾੜ ਚੰਨੂਵਾਲੀਆ ਨਾਲ ਸੋਰੀ ਜਸਵੀਰ ਬਰਾੜ ਚੰਨੂਵਾਲ ਨਾਲ ਬਾਈ ਲਖਵੀਰ ਭਿੰਡਰ ਸਮਾਲ ਭਾਈ ਤੇ ਨਾਲ ਬਾਈ ਵਿੱਕੀ ਬਰਾੜ ਰੋਟੇ ਕਹਿਲਗੀ ਤੋਂ ਔਰ ਸਾਰੇ ਸਾਡੇ ਸਤਿਕਾਰਯੋਗ ਭਰਾ ਨੇ ਅੱਜ ਦੇ ਕਹਿੰਦੇ ਮੈਚਾਂ ਦਾ ਆਨੰਦ ਮਾਣ ਰਹੇ ਮੇਰੇ ਮਿੱਤਰੋ ਵੀ ਪੈਰਾਂ ਦੇ ਵਿੱਚ ਬਹਿ ਕੇ ਵੱਡੇ ਮਾਨ ਸਨਮਾਨ ਜਿਹੜੇ ਫਰੀਦਕੋਟ ਜਿਹੜਾ ਸਨਮਾਨਿਤ ਕੀਤਾ ਮੁਬਾਰਕਬਾਦ ਹੈ ਵੱਡੇ ਕੱਪ ਦੇ ਨਾਲ ਲਾਈਵ ਜੁੜਿਆ ਬੈਠਾ ਹੈ ਕਨੇਡਾ ਵਾਲੇ ਭਰਾ ਦੇ ਕਦੇ ਬਹੁਤ ਵੱਡੇ ਯੋਗਦਾਨ ਨੇ ਵੀ ਛੱਡ ਕੇ ਪੰਜਾਬ ਜੋ ਵਿਦੇਸ਼ ਬੈਠੇ ਨੇ ਉੱਥੇ ਬੁੱਧ ਮੋਰੇ ਫਿਰਦੇ ਹੈ ਰੂਹਾਂ ਤਾਂ ਇੱਥੇ ਨੇ ਚੰਗੀ ਨਹੀਂ ਮੁੱਕ ਜਾ ਰਹੇ ਸੀ ਤਿੰਨ ਮਾਰਚ ਨਾ
ਵੀਰ ਧੰਨਵਾਦ ਧੰਨਵਾਦ ਮਾਰਚ ਦਾ ਜਿਹੜਾ ਮੇਲਾ ਉਹ ਝਾੜੀ ਵਾਲੇ ਦੀ ਧਰਤੀ ਤੇ ਖੇਡਿਆ ਜਾਵੇਗਾ ਭਰਾ ਸਾਡੇ ਆਏ ਮੇਲਾ ਕਰਾਉਣਾ ਵੀ ਝਾੜੀ ਵਾਲਾ ਪਿੰਡ ਮੇਰੇ ਮਿੱਤਰੋ ਜ਼ਿਲ੍ਹੇ ਫਾਜ਼ਿਲਕੇ ਦੀਆਂ ਗੱਲਾਂ ਹੋਣਗੀਆਂ ਔਰ ਗੁਰੂ ਹਰਸਾਹਿਬ ਦੇ ਲਾਗੇ ਕਰਕੇ ਵਸਿਆ ਪਿੰਡ ਹੈ ਸਾਡੇ ਬਹੁਤ ਸਤਿਕਾਰਯੋਗ ਵੀਰ ਆਏ ਨੇ ਜੁੜੇ ਬੈਠੇ ਹੈ ਦੋਨੋਂ ਸੈਮੀ ਹੈ ਇੱਕ ਫਾਈਨਲ ਮੈਚ ਕਦੇ ਬਾਕੀ ਰਹਿੰਦਾ ਤੋਂ ਬਾਅਦ ਤੇ ਭੜਾਕੇ ਪੈਣਗੇ ਇੱਧਰ ਕਲੋਜ਼ ਫਾਈਟਰ ਹੈ ਨਾਲ ਵਧਾਈਆਂ ਵਾਲੀ ਪਿੰਡ ਖੁਸ਼ੀ ਕੋਸ਼ਿਸ਼ ਮੁੰਡੇ ਦੀ ਪਰ ਚੰਦ ਬਾਂਝੇ ਵਾਲੇ ਨੇ ਵੀ ਕਹਿੰਦੇ ਵੱਡੇ ਵੱਡੇ ਮਲ ਕਹਿੰਦੇ ਟੇਢੇ ਕੀਤੇ ਹੋਏ ਆ ਚੰਦ ਬਾਂਝੇ ਵਾਲੇ ਨੇ ਦੁਨੀਆਂ ਦੇ ਉਹ ਕਹਿੰਦੇ ਆਪਣੇ ਦਮ ਤੇ ਹਰਾਏ ਆ ਇੱਧਰ ਕਹਿੰਦੇ ਜੀਵੇ ਪਰਿਵਾਰ ਦਾ ਉਹ ਕਹਿੰਦੇ ਸੇਵਾ ਨੰਬਰ ਦਾ ਵਾਦਾ ਖੁਸ਼ੀ ਕੱਟਿਆਂ ਵਾਲੀ ਸੱਤ ਪੰਜ ਚੇਂਜ ਲਓ ਸਰਾਂਦਾ ਦਿਲ ਦੀਆਂ ਗਹਿਰਾਈਆਂ ਚੋਂ ਵੱਡਾ ਧੰਨਵਾਦ ਹੈ ਜੇ ਗਰਾਊਂਡ ਬਣਾਏ ਹੈ ਜੇ ਕੋਈ ਹੋਰ ਕੰਮ ਕਰ ਕੀਤਾ ਹੈ ਤੇ ਲਓ ਸਰਾਂਦੇ ਵੱਡੇ ਯੋਗਦਾਨ ਰਹੇ ਹੈ ਵੱਡਾ ਧੰਨਵਾਦ ਹੈ ਭਰਾ ਦਾ ਮਨਵੀਰ ਕੇਂਦਰਾ ਸਾਡਾ ਰਹਿੰਦਾ ਕਨੇਡਾ ਸੋਹਣਾ ਵੀਰ ਉਹ ਕਹਿੰਦਾ ਵੀ ਕੇਂਦਰੇ ਵਾਲੇ ਮੁੰਡੇ ਮਨਪ੍ਰੀਤ ਹੈ ਮਨਪ੍ਰੀਤ ਕੇਂਦਰੇ ਵਾਲਾ ਕਹਿੰਦਾ ਵੀ ਕੇਂਦਰੇ ਵਾਲੇ ਮੁੰਡੇ ਜਿੱਤੇ ਹੈ ਕੇਂਦਰੇ ਵਾਲਾ ਨਾਲ ਜੋਰਾ ਹੈ ਨਾਲ ਕਹਿੰਦੇ ਪ੍ਰਜਿੰਦਰ ਪ੍ਰਧਾਨ ਹੈ ਕੇਂਦਰੇ ਵਾਲਾ ਗੱਲਾਂ ਬੱਕਰੀਆਂ ਹੈ ਬਹੁਤ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਇੱਕੋ ਰੱਸੇ ਬੰਨੀਆਂ ਨਾ ਯਾਨ ਯਾਰੀਆਂ ਕਈ ਵਾਰੀ ਆਪਣੇ ਵੀ ਕਰ ਜਾਂਦੇ ਮਾੜੀਆਂ ਦਿਨ ਵਿੱਚ ਜਿਹੜੇ ਮਾਹੌਲ ਚੇਂਜ ਨੀ ਦੁਨੀਆਦਾਰੀ ਦਾ ਹੁੰਦੇ ਨਾ ਬਦਾਮਾਂ ਨਾਲ ਨੰਬਰਦਾਰੀ ਉਹ ਚੀਜ਼ ਹੈ ਜੋ ਪੀੜੀਆਂ ਦਰ ਪੀੜੀਆਂ ਰਹਿੰਦੀ ਹੈ ਐਮਪੀ ਆਉਂਦਾ ਐਮਐਲਏ ਆਉਂਦਾ ਮੈਂਬਰ ਸਰਪੰਚ ਆਉਂਦੇ ਆ ਪੰਜ ਸਾਲਾਂ ਬਾਅਦ ਬਦਲੀ ਹੋ ਜਾਂਦੀ ਹੈ
ਪਰ ਨੰਬਰਦਾਰੀ ਕਹਿੰਦੇ ਪੀੜੀ ਅੰਦਰ ਪੀੜੀਆਂ ਰਹਿੰਦੀ ਹੈ। ਉਧਰ ਮੇਰੇ ਕਰਦੇ ਅਪਡੇਟ ਕਮੈਂਟ ਪੱਟ ਦੇ ਨਰਮਾ ਬੀਜ ਗਵਾਰਾ। ਓਕੇ ਓਕੇ ਗੁਰਪ੍ਰੀਤ ਫੇਰੀ ਦੇ ਪਿੰਡਾ ਮੈਚ ਮੈਂ ਕਰਦਾ 500 ਨਹੀਂ ਤੇ ਮਾਕੀ। ਓਕੇ 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 ਗੁਰਪ੍ਰੀਤ ਗੱਲ ਬਾਈ ਨੰਬਰਦਾਰਾ ਦਾ ਮੁੰਡਾ ਕੈਨੇਡਾ ਤੋਂ ਲੈ ਜੁੜਿਆ ਹੈ। ਹੈਲੋ ਅੱਜ ਸੱਤ ਕੋਲੇ ਵੀ ਬਹਾਏ ਹੋਏ ਹੈ ਨਾਲ ਬੇਚਾ ਦਾ ਆਨੰਦ ਮਾਣਦਾ ਹੈ। ਹੈਲੋ ਤਨਾ ਵੀ ਆਪਣਾ ਵੀਰ ਹੈ ਔਰ ਸਾਹਮਣੇ ਪੀਤੇ ਵਰਗੇ ਮਾਣ ਦੇ ਮੁੰਡੇ ਤੇ ਨੰਬਰਦਾਰਾ ਦਾ ਮੁੰਡਾ ਲੈ ਜੁੜਿਆ ਹੋਇਆ ਹੈ। ਗੁਰਪ੍ਰੀਤ ਗੁਰਪ੍ਰੀਤ ਗਿੱਲ ਸਾਫੂ ਵਾਲਾ ਪਿੰਡ ਸਾਡੇ ਵੀਰ ਦਾ ਔਰ ਰਹਿੰਦਾ ਵਿੱਚ ਕੈਨੇਡਾ ਦੇ ਉੱਤੇ ਉਹਨਾਂ ਦੀ ਚੰਦ ਬਾਜੇ ਦਾ ਕਿੱਦਾਂ ਮੈਚ ਜਿਤਾਵੇ ਪਿੰਡਾ ਚੁੱਕਿਆ ਵਾਲਾ ਮੈਚ ਜਿਤਾ ਦੇਵੇ ਤੇ ਆਪਾਂ ਪਿੰਡੇ ਦਾ ਸਨਮਾਨ ਜਿਹੜਾ 5100 ਦੀ ਨਗਦ ਰਾਸ਼ੀ ਦੇ ਪਲੱਸ ਕੱਪ ਦੇ ਨਾਲ ਕਰ ਦਿਆਂਗੇ। ਬਹੁਤ ਵੱਡਾ ਧੰਨਵਾਦ ਹੈ ਜੀ। ਤੂੰ ਕਾਨੂੰਨ ਨਹੀਂ ਜਾਣਦੀ, ਤੂੰ ਇਲ ਨੂੰ ਨਹੀਂ ਜਾਣਦੀ, ਆਓ ਵੱਡੀ ਮਜਾਜ ਨੇ ਤੂੰ ਕਿੰਨ ਨੂੰ ਨਹੀਂ ਜਾਣਦੀ। ਲੈ ਵੀ ਢਿੱਲੋ ਇੱਕ ਨੂੰ ਤੇ ਇੱਕ ਕੰਨ ਤੋਂ ਨਹੀਂ ਸੁਣਦਾ, ਪਰ ਫਰਕ ਥੋੜਾ ਹੀ ਹੈ। ਉਹ ਗੱਲਾਂ ਉੱਚੀਆਂ ਨੇ ਤੇਰੇ ਯਾਰ ਦੀਆਂ, ਗੱਲਾਂ ਵੱਡੀਆਂ ਨੇ ਤੇਰੇ ਯਾਰ ਦੀਆਂ, ਸਾਫੂ ਵਾਲੀਆਂ ਗੱਲਾਂ। ਚੰਦ ਬਾਜੇ ਦੇ ਕਹਿੰਦੇ ਕਿੰਦੇ ਨੂੰ ਮੋਟਰਸਾਈਕਲ ਦਿੱਤਾ ਹੈ ਕਿੰਨੇ ਪੈਂਟ ਹੋ ਗਏ ਗੁਰਲਾਲੇ ਚ ਦੱਸੀ ਨਾਲ ਹੀ ਰਜੇਸ਼ ਫਰੀਦਕੋਟ ਦੀ ਕਿਰਪਾ ਕਰਕੇ ਐਂਜਲ ਨਾਲ ਜ਼ਰੂਰ ਸੰਪਰਕ ਕਰ ਲਓ ਜੀ। ਐਂਜਲ ਚੇਤੇ ਕਰਦਾ ਉਹਨਾਂ ਨੂੰ ਵਿੱਕੀ ਬਾਈ ਨਾਮ ਦੇ 6 ਹੈ ਨਾ 10-5 ਨੇ ਮੈਚ ਚੱਲਦਾ ਹੀ ਲੈ ਬੁਲਾਇਆ ਸੀ ਵੀ ਇਹ ਵਧਾਈਆਂ ਵਾਲਾ ਜਿੱਤਦਾ ਜਾਂ ਬਾਲਾ ਤੇ ਲਾਇਆ ਸੀ ਮੇਰੇ ਖਿਆਲ ਦੇਵਾਂਗੇ ਤੇ ਗੋਲ ਮਗਾਤੇ ਹੈ। ਆ ਮੈਚ ਤੋਂ ਬਾਅਦ ਰਿੰਕੂ ਭਾਊ ਵਧਾਈਆਂ ਵਾਲੇ ਦਾ 6 ਫੁੱਟ ਕੱਪ ਸਾਹਮਣੇ ਪਿਆ ਹੈ, ਉਹ ਕਹਿੰਦੇ ਵਧਾਈਆਂ ਵਾਲੇ ਰਿੰਕੂ ਨੂੰ ਦਿੱਤਾ ਜਾਣਾ ਹੈ। ਵੱਡੇ ਮਾਣ ਹੋਣਗੇ ਨਹੀਂ ਤੇ ਗੱਬਰ ਵਸੇ ਵਾਲੇ ਕੱਪ ਬਹੁਤ ਲੱਗਦੇ ਹੈ ਵਿਹਲੇ ਟੂਰਨਾਮੈਂਟ ਤੇ, ਪਰ ਮਿਲਦੇ ਬਹੁਤ ਘੱਟ ਹੈ। ਬਾਕੀ ਇਹਨਾਂ ਨੇ ਭਰਾਵਾਂ ਨੇ ਕਹਿੰਦੇ ਕਹੇ ਬੋਲ ਪਗਾਏ ਹੈ ਬੂਟਿਆ ਸੁਣਨ ਤੇ ਵੀ ਇਹ ਘੱਟ ਵੱਧ ਹੁੰਦਾ ਹੀ ਹੈ, ਕੀ ਕਰੀਏ ਸਾਰੇ ਬੰਦੇ ਟ੍ਰੀਟਮੈਂਟ ਤੇ ਚੱਲਦੇ ਹੈ। ਔਰ ਢਿੱਲੋਂ ਕਹਿੰਦਾ ਵੀ ਸਾਰੇ ਬੰਦੇ ਟ੍ਰੀਟਮੈਂਟ ਤੇ ਚੱਲਦੇ ਆ ਨੌਜਵਾਨਾਂ। ਇੱਧਰ ਕਹਿੰਦੇ ਬੂਟਾ ਭਰਾ ਸਾਡਾ ਸ਼ਰਮਾ ਸ਼ਰਮਾ ਹੁੰਦੀ ਆ ਤੇ ਚਰਚੇ ਕਹਿੰਦੇ ਵੱਡਿਆ ਮੇਰੇ ਮਿੱਤਰੋ ਔਰ ਗੱਲਾਂ ਬੋਲਾਂ ਵੱਡੀਆਂ ਨੇ, ਤੂੰ ਕਣਕ ਨੂੰ ਨਹੀਂ ਜਾਣਦੀ, ਤੂੰ ਨਰਮੇ ਨੂੰ ਨਹੀਂ ਜਾਣਦੀ, ਵੱਡੀਏ ਮਜੱਜ ਨੇ ਤੂੰ ਸਰਮੇ ਨੂੰ ਨਹੀਂ ਜਾਣਦੀ, ਔਰ ਵੱਡੀਏ ਮਜੱਜ ਫਿਰ ਤੂੰ ਸਰਮੇ ਨੂੰ ਨਹੀਂ ਜਾਣਦੀ। ਬੂਟਾ ਭਰਾ ਸਾਡਾ ਔਰ ਜ਼ਿੰਦਗੀ ਦਾ ਰੰਗਲਾ ਸੱਜਣਾ ਵੀ ਪੈਣੇ ਵਾਲੀ ਹੈ ਯਾਰ ਮੇਰਾ, ਭਾਵੇਂ ਵਸਦਾ ਦੂਰ ਬੰਦਮ ਤੋਂ ਦੁਨੀਆ ਫੈਲਾ ਯਾਰਾਂ ਦੀ, ਯਾਰ ਨੇ ਫੈਲ ਉਹਦੀਆਂ ਬਾਤਾਂ ਦੇ, ਔਰ ਸਰਗ ਬੜੇ ਆ ਜੀ ਕਣੀ ਨਹੀਂ ਤੇਰੇ ਮੇਰੇ ਹਾਲਾਤਾਂ ਦੇ। ਬਹੁਤ ਸੋਹਣਾ ਮੈਚ ਉਧਰ ਰਵੀ ਕਾਲੀ ਵਾਲਾ ਬਹੁਤ ਪਿਆਰਾ ਵੀਰ ਹੈ ਜ਼ਿੰਦਗੀ ਦਾ, ਪਹਿਲੀਆਂ ਵੀ ਜਦੋਂ ਕਹਿੰਦੇ ਗੁਰਪ੍ਰੀਤ ਕਰਕੇ ਖੇਡੇ ਟੀਮ ਦੇ ਲਈ ਤੇ ਰਵੀ ਦੇ ਨਾਲ ਉਦੋਂ ਵੀ ਯਾਰੀ ਹੈ। ਬਹੁਤ ਸਾਰਾ ਮਾਣ ਬਹੁਤ ਸਾਰਾ ਪਿਆਰ ਜਦੋਂ ਵੀ ਇਸ ਇਲਾਕੇ ਦੇ ਵਿੱਚ ਆਏ ਹੈ ਤੇ ਰਵੀ ਨੇ ਹਮੇਸ਼ਾ ਹੀ ਵੱਡਾ ਮਾਣ ਵੱਡਾ ਪਿਆਰ ਬਖਸ਼ਿਆ ਹੈ। ਸਭਰਾਜ ਹੈ ਸਾਡੇ ਭਰਾ ਦਾ ਕਾਲੀ ਵਾਲਾ ਪਿੰਡ ਹੈ, ਆਪਣੀ ਮਿੱਤਰ ਮੰਡੀ ਦੇ ਨਾਲ ਪੁੱਜਿਆ ਹੋਇਆ ਹੈ ਰਵੀ ਖੋਸਾ ਕਾਲੀ ਵਾਲਾ ਤੇ ਗੱਲਾਂ ਕਹਿੰਦੇ ਅੱਜ ਕੱਲ੍ਹ ਆਸਟ੍ਰੇਲੀਆ ਦੇ ਖੇਡ ਮੈਦਾਨਾਂ ਵਿੱਚ ਚੱਲਦੀਆਂ ਹੈ। ਹਾਂਜੀ ਗੁਰਲਾਲ ਜੀ ਲਓ ਸਾਹਮਣੇ ਬਹੁਤ ਵੱਡਾ ਧੰਨਵਾਦ, ਬੂਟਾ ਦੁੱਗਣਾ ਆਇਆ ਹੋਇਆ ਚਰਚੇ ਆ ਤੁਸੀਂ ਮਿੱਤਰ ਵੀ ਤੂੰ ਅੰਗੂਠੇ ਨੂੰ ਨਹੀਂ ਜਾਣਦੀ, ਤੂੰ ਉਂਗਲ ਨੂੰ ਨਹੀਂ ਜਾਣਦੀ,
ਵੱਡੀ ਹੈ ਬਜੰਦ ਦੇ ਤੂੰ ਆਹ ਦੁੱਗਰ ਲੋੜੀ ਜਾਣ ਲਈ ਕਰਦੇ ਆ ਔਰ ਪਿਆਰ ਹੈ ਢਿੱਲੋਂ ਦੇ ਨਾਲ ਮੇਰੇ ਮਿੱਤਰ ਸਰ ਭਰਾ ਭਰਾਵਾਂ ਦੀਆਂ ਵਾਹਵਾਂ ਹੋਇਆ ਕਰਦੇ ਆ ਬਾਬੇ ਨਾਨਕ ਅੱਗੇ ਅਰਦਾਸ ਬੇਨਤੀ ਹੈ ਵੀ ਇਹ ਪਿਆਰ ਇਸੇ ਤਰ੍ਹਾਂ ਹੀ ਭਰਾਵਾਂ ਦਾ ਜਿਹੜਾ ਆਪਸ ਦੇ ਵਿੱਚ ਬਣਿਆ ਰਹੇ ਰਾਹ ਸਾਹਮਣੇ ਮੇਰੇ ਮਿੱਤਰੋ ਖੇਡ ਗਰਾਊਂਡ ਦੇ ਅੰਦਰ ਇਹ ਪੰਜ ਸੱਤ ਤਾਂ ਕਦੇ ਗੁੱਸਾ ਤਾੜੀਏ ਸੱਜਣਾਂ ਨੂੰ ਕਦੇ ਨਾ ਬਲੌਕ ਮਾਰੀਏ ਇਸ਼ਟਾਂ ਤੇ ਪੱਕੀਆਂ ਨਾ ਹੋਰ ਸਾਡੀਆਂ ਮਾਣ ਹੋਣਾ ਤੇ ਮੁੰਡਾ ਕਹਿੰਦਾ ਵੀ ਜਿਹੜੇ ਦੇਖਣਾ ਹੈ ਮਾਨ ਰੱਖਣਾ ਪੈਣਾ ਤੇ ਨਾਲ ਸਦਾ ਸੋਹਣਾ ਵੀਰ ਹੈ ਯੁਵਰਾਜ ਭਖਲੇ ਵਾਲਾ। ਮੈਂ ਪਹਿਲੇ ਗੱਲ ਕੀਤੀ ਉਸ ਖਿਡਾਰੀ ਦੀ ਵੀ ਜਿੰਨੇ ਵੀ ਸੋਹਣੇ ਟੂਰਨਾਮੈਂਟ ਲੀਗਾਂ ਇਸ ਇਲਾਕੇ ਦੇ ਵਿੱਚ ਆਉਂਦੀਆਂ ਤੇ ਭਖਲੇ ਵਾਲਾ ਕਹਿੰਦੇ ਘੁੱਗੀ ਨਹੀਂ ਖੜਨ ਦਿੰਦਾ ਇਸ ਇਲਾਕੇ ਦੇ ਵਿੱਚ ਜਿੰਨੀਆਂ ਗਰਮੀ ਦੀਆਂ ਐਨੀ ਦੇ ਸਾਲ ਲੀਗਾਂ ਹੋਈਆਂ ਤੇ ਸਾਰੀਆਂ ਭਖਲੇ ਵਾਲਿਆਂ ਨੇ ਜਿੱਤ ਲਈਆਂ। ਬਹੁਤ ਸੋਹਣਾ ਖੇਡਦਾ ਹੈ ਤੇ ਅੱਜ ਵੱਡਾ ਮਾਣ ਵੱਡਾ ਪਿਆਰ ਕਹਿੰਦੇ ਭਖਲੇ ਵਾਲੇ ਯੁਵਰਾਜ ਦਾ ਵੀ ਕੱਪ ਦੇ ਨਾਲ ਹੋਣਾ। ਗੁਆਂਢੀ ਪਿੰਡ ਹੈ ਮਾਣ ਹੈ ਨਾ ਪਿੰਡਾਂ ਦਾ ਗੱਭਰੂ ਆਉਣ ਵਾਲੇ ਸਮੇਂ ਦਾ ਵਧੀਆ ਖਿਡਾਰੀ ਬਣਦਾ ਹੈ। ਕਦੇ ਕਹਿੰਦੇ ਅੰਮ੍ਰਿਤਸਰ ਖੇਡੇ ਮੁੰਡੇ ਬੜੇ ਲੰਮੇ ਸਮੇਂ ਤੋਂ ਖੇਡਦੇ ਆ ਰਹੇ ਹੈ ਅੱਜ ਜਗਰਾਜ ਦੇ ਬੰਦੇ ਨਾਲ ਹੋਣਗੇ ਲੈ ਵੀ ਜਗਰਾਜ ਸੋਡੇ ਵੀਰ ਕਰੇਗੀ ਉਧਰ ਬਹੁਤ ਵੱਡਾ ਮੈਂ ਧੰਨਵਾਦ ਕਰਦਾ ਧੰਦੇ ਵਾਲੇ ਕਹਿੰਦੇ ਪੰਡਿਤ ਵੀ ਉਚੇਚੇ ਤੌਰ ਤੇ ਆਏ ਹੋਏ ਹੈ ਔਰ ਪਹਿਲਾਂ ਆਪਣੀ ਆਈ ਡੀ ਥਰਡ ਐਪ ਓਪਨ ਕਰਨੀ ਪੈਂਦੀ ਹੈ ਸਮਝੇ ਨਾ ਅਗਲੇ ਥਰਡ ਐਪ ਦੇ ਵਿੱਚ ਆਪਣੀ ਆਈ ਡੀ ਓਪਨ ਕਰਨੀ ਪੈਂਦੀ ਹੈ ਫਿਰ ਜਾ ਕੇ ਕਿਤੇ ਲੱਗਦੇ ਆ ਆਪਾਂ ਆਪਦੀ ਆਈ ਡੀ ਦਾ ਐਕਸੈਸ ਥਰਡ ਐਪ ਨੂੰ ਨਹੀਂ ਦੇਣਾ ਚਾਹੁੰਦੇ ਆਪਾਂ ਆਪਦੀ ਆਈ ਡੀ ਦਾ ਐਕਸੈਸ ਥਰਡ ਐਪ ਚ ਥਰਡ ਐਪ ਨੂੰ ਨਹੀਂ ਦੇਣਾ ਚਾਹੁੰਦੇ ਆਹ ਚੱਕਰ ਥਰਡ ਐਪ ਦੇ ਵਿੱਚ ਪੇਜ ਜਾਂ ਆਈਡੀਆਂ ਹੈਕ ਬਹੁਤ ਹੁੰਦੀਆਂ ਬਾਈ ਦਾਨ ਕਰ ਲਈ ਕਹਿੰਦੇ ਜਿਗਰਾ ਚਾਹੀਦਾ ਦਿਲ ਚਾਹੀਦਾ ਫੇਰ ਦਾਨ ਹੁੰਦਾ ਹੈ ਬਹੁਤ ਹੁੰਦੀਆਂ ਥਰਡ ਐਪ ਦੇ ਵਿੱਚ ਆਈਡੀਆਂ ਪੇਜ ਬਹੁਤ ਹੈਕ ਹੁੰਦੇ ਆ। ਵੱਡਾ ਧੰਨਵਾਦ ਹੈ ਸਾਡੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਬਾਬਾ ਨਾਨਕ ਸਾਰੇ ਹੀ ਖਜ਼ਾਨਿਆਂ ਨੂੰ ਥਰਡ ਐਪ ਨੂੰ ਐਕਸੈਸ ਨਹੀਂ ਦੇਣਾ ਚਾਹੁੰਦੇ ਆਪਣੀ ਆਈ ਡੀ ਦਾ ਆਪਣੇ ਨਾਲ ਤਾਂ ਪਹਿਲਾਂ ਹੀ ਹੋਈ ਯਾਰ ਜੀ ਦਸ ਨੰਬਰ ਜਿਹੜੇ ਮੈਂ ਇੱਧਰ ਵੇਖਦਾ ਵੀ ਘੱਟਿਆਲੀ ਦੀ ਟੀਮ ਦੇ ਹੈ ਬੜੇ ਵਧੀਆ ਜਿਹੜੇ ਮੈਚ ਖੇਡੇ ਜਾ ਰਹੇ ਨੇ ਅਜੇ ਸਾਡਾ ਸਾਥੀ ਬੁਲਾਰਾ ਹੈ ਬਹੁਤ ਬੜਾ ਧੰਨਵਾਦ ਬੜਾ ਪਿਆਰਾ ਤੇ ਸਤਿਕਾਰਯੋਗ ਮਿੱਤਰ ਪਰ ਉਧਰ ਕਰਦੇ ਨੇ ਆਪਣੇ ਗ੍ਰਾਊਂਡ ਨੰਬਰ 3 ਦੇ ਵਿੱਚ ਵੀ ਆਹ ਮੁੰਡੇ ਕਹਿੰਦੇ ਕੰਗਰੇ ਪਿੰਡ ਵਾਲੇ ਇੱਧਰ 10 ਪੁਆਇੰਟ ਹੈ ਉਧਰ 6 ਪੁਆਇੰਟ ਹੈ ਇੱਧਰ 10 ਉਧਰ 6 ਵੱਡੇ ਆ ਪੀਤੇ ਵਰਗੇ ਬਾਹਰ ਫੇਟਾ ਮੇਰੇ ਮਿੱਤਰ ਔਰ ਰੌਣਕਾਂ ਵੱਡੀਆਂ ਨੇ ਭਰਾ ਨੇ ਸਾਡੀ ਜ਼ਿੰਦਗੀ
ਉਧਰ ਵੀਰ ਹੈ ਜਗਦੀ ਦਾ ਬੜਾ ਸਤਿਕਾਰ ਯੋਗ ਹੈ ਜਗਦੇਵ ਢਿੱਲੋਂ ਪੜਾਕ ਵਾਲਾ ਭਰਾ ਕੈਨੇਡਾ ਦੇ ਸਰੀ ਸ਼ਹਿਰ ਬਾਬਾ ਫਰੀਦ ਦੇ ਨਾਮ ਤੇ ਕਹਿੰਦੇ ਵੱਡੀ ਕਲੱਬ ਬਣਾਈ ਹੈ ਜਿਹੜਾ ਹੋਇਆ ਤੇ ਕਹਿੰਦਾ ਮੁੰਡਿਆਂ ਮੈਂ ਜਿੱਤਿਆ ਇਕੱਲੇ ਖਿਡਾਰੀ ਦਾ ਆਪਾਂ 11-11 ਸੌ ਦੇ ਨਾਲ ਗੁਰਪ੍ਰੀਤ ਫੌਜੀ ਸਭ ਤੋਂ ਫੌਜੀ ਨੇ ਕਹਿੰਦੇ ਖੇਡਦਾ ਇਹਦਾ ਮਿੰਡੂ ਮਾਨ ਪਿੰਡ ਹੈ ਗੱਲਾਂ ਕਹਿੰਦੇ ਜੱਸੇ ਮਿੰਡੂ ਮਾਨ ਦੀਆਂ ਹੋਈਆਂ ਫੋਨ ਆਇਆ ਪ੍ਰਬੰਧਕਾਂ ਨੂੰ ਜ਼ਰੂਰੀ 2 ਮਿੰਟ ਲਈ ਜਦੋਂ ਪ੍ਰਬੰਧਕਾਂ ਨੇ ਕਹਿਤਾ ਆਪਾਂ ਫਿਰ ਬੋਲ ਦੇਣਾ 2 ਮਿੰਟ ਲਈ ਮੈਚ ਬੰਦ ਕਰ ਦੋ ਕਹਿੰਦੇ ਪੁਆਇੰਟ ਵੀਰੇ ਦੱਸਦੇ ਜੀ ਦੱਸਦੇ 1 ਮਿੰਟ 10-6 ਆ ਜੀ ਜੈਲਦਾਰ ਧੰਨਵਾਦ ਵੀਰੇ ਇੱਧਰ 10 ਪੁਆਇੰਟ ਹੈ ਸੈਮੀ ਮੈਚ ਘੱਟਾਂ ਵਾਲੀ ਦੇ 10 ਅਤੇ ਚੁੱਗਿਆਂ ਵਾਲਿਆਂ ਦੇ 6 ਪੁਆਇੰਟ 10-6 ਪ੍ਰਭ ਕੰਬੋਜ ਓਕੇ ਓਕੇ ਪ੍ਰਭ ਸਹੀ ਹੈ ਸਹੀ ਹੈ ਸਹੀ ਹੈ ਚਿੱਟਾ ਸਹੀ ਹੈ ਮਾਣ ਆਪਾਂ ਨੂੰ ਪ੍ਰਭ ਸਾਰੇ ਭਰਾਵਾਂ 'ਤੇ ਰੱਬ ਦੇ ਨਾਲ ਮਾਣ ਆ ਪ੍ਰਭ ਕੰਬੋਜ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਵੀਰੇ ਇੱਦਾਂ ਹੀ ਸਪੋਰਟ ਚਾਹੀਦੀ ਹੈ ਪ੍ਰਭ ਥੈਂਕ ਯੂ ਵੀਰੇ ਪ੍ਰਭ ਕੰਬੋਜ ਬਹੁਤ ਬਹੁਤ ਧੰਨਵਾਦ ਰਾਜਪ੍ਰੀਤ ਸਿੱਧੂ ਹਾਂਜੀ ਹਾਂਜੀ ਵੀਰੇ ਕੋਈ ਨਹੀਂ ਵੀਰੇ ਕਰਦੇ ਹਾਂ ਟਰਾਈ ਰਾਜਪ੍ਰੀਤ ਡੋਂਟ ਵਰੀ ਨਹੀਂ ਨਹੀਂ ਕੋਈ ਚੱਕਰ ਨਹੀਂ ਰਾਜਪ੍ਰੀਤ ਹਾਂ ਹਾਂ ਮੈਂ ਅੰਡਰਸਟੈਂਡ ਕਰ ਗਿਆ ਰਾਜਪ੍ਰੀਤ ਤੇਰੀ ਗੱਲ ਡੋਂਟ ਵਰੀ ਮੈਚ ਇੰਜੋਏ ਮੈਚ ਨਾਲ ਜੁੜ ਗਏ ਆਹ ਕਲੋਜ਼ ਫਾਈਟਰ ਵੀ ਰਿਹਾ ਹੋਇਆ ਅੱਜ ਕੱਟਾਂ ਵਾਲੀ ਲੀਡ 'ਤੇ ਆ ਉੱਧਰ ਚੁੱਗਿਆਂ ਵਾਲੇ ਮੁੰਡੇ ਐਨ ਫਿੱਟ ਆ ਪੈਂਦੇ ਹੋਰੀ ਵੀ ਕੱਲ੍ਹ ਨੂੰ ਵਜੀਦਪੁਰ ਲੱਗਣੀਆਂ ਰੌਣਕਾਂ 14 ਨੂੰ ਭਨੋੜ ਅਤੇ 15 ਨੂੰ ਅਹਿਮਦਪੁਰ ਜਾ ਕੇ ਗੱਡੀਆਂ ਨੇ ਰੁਕਣਾ ਫਿਰ ਗੱਲਾਂ 18 ਦੀਆਂ ਹੋਣਗੀਆਂ ਸੋ ਫਿਰ 16-17 ਦੀ ਰੈਸਟ ਫਿਰ 18 ਨੂੰ ਜਾ ਕੇ 15 ਤੱਕ 900 ਪੁੱਡਣਗੇ ਡੋਰ ਕੇ 13-14 ਅਤੇ 15 ਤਿੰਨ ਟੂਰਨਾਮੈਂਟ ਹੋਰ ਲਗਾਤਾਰ ਬੈਕ ਟੂ ਬੈਕ ਓਏ ਸਿਰਾ ਸਿਰਾ ਮੇਰਾ ਤਾਂ ਭਾਈ ਗਾਲ ਹੀ ਬਾਲਾ ਖਰਾਬ ਹੋਇਆ ਪਿਆ ਜੀ ਯਾਰਾ ਪ੍ਰਭ ਗਾਲ ਮੇਰਾ ਬੋਲ ਬੋਲ ਕੇ ਨਾ ਕਈ ਦਿਨ ਹੀ ਹੋ ਗਏ ਲਗਾਤਾਰ ਕਈ ਦਿਨ ਹੀ ਹੋ ਗਏ
ਕੱਲ ਨੂੰ ਬਜੀਤਪੁਰ ਵੀ ਐਨ ਚੋਟੀ ਦੇ ਮੈਚ ਆਉਣੇ ਆ, ਪਟਾਕੇ ਬਾਲੇ ਪੈਣੇ ਆ ਬਜੀਤਪੁਰ ਦੇ ਕੱਪ ਤੇ ਕੱਲ ਨੂੰ। ਕੱਲ ਨੂੰ 13 ਤਰੀਕ ਨੂੰ ਬਜੀਤਪੁਰ, 14 ਤਰੀਕ ਨੂੰ ਭਨੋੜ, ਗੱਲਾਂ ਲੁਧਿਆਣੇ ਜ਼ਿਲ੍ਹੇ ਦੀਆਂ, 15 ਤਰੀਕ 15 ਮਾਨਸਾ ਜ਼ਿਲ੍ਹੇ ਦੀਆਂ ਗੱਲਾਂ, ਅਹਿਮਦਪੁਰ ਪਿੰਡ। ਫਿਰ ਗੱਲਾਂ 18 ਤਰੀਕ ਨੂੰ, 16-17 ਦੀ ਰੈਸਟ ਹੈ, 18 ਨੂੰ ਨੌ ਲੜੀ ਕਲਾਂ ਦਾ ਕੱਪ ਖੇਡਿਆ ਜਾਣਾ, 19 ਦੀ ਰੈਸਟ ਹੈ। ਮੇਰੇ ਕੋਲ ਰੈਸਟ ਹੋ ਸਕਦਾ ਹੋਵੇ ਕੋਈ ਟੂਰਨਾਮੈਂਟ, ਬਟ ਮੇਰੇ ਕੋਲ ਰੈਸਟ ਹੈ। ਫਿਰ 21 ਤੋਂ ਸ਼ੁਰੂ ਹੋ ਜਾਣੇ ਆ, 21 ਨੂੰ ਆਲਮ ਵਾਲਾ ਨੇੜੇ ਬਾਘਾ ਪੁਰਾਣਾ, 22 ਨੂੰ ਬੀਲਾ ਲੁਧਿਆਣਾ, 23 ਨੂੰ ਸ਼ੇਪੁਰੀ ਲੁਧਿਆਣਾ, 24 ਨੂੰ ਫੁੱਲਾਂ ਲੁਧਿਆਣਾ, 25 ਨੂੰ ਗਿੱਦੜਵਿੰਡੀ ਲੁਧਿਆਣਾ, 26 ਨੂੰ ਨੌ ਲੜੀ ਖੁਰਦ ਲੁਧਿਆਣਾ, ਠੀਕ ਹੈ। 27 ਦੀ ਰੈਸਟ ਹੈ, 28 ਨੂੰ ਕਿੰਗਰਾ, 1 ਨੂੰ ਦੀਪ ਸਿੰਘ ਵਾਲਾ, 2 ਨੂੰ ਥੰਮਣ ਵਾਲਾ, 3 ਨੂੰ ਝਾੜੀ ਵਾਲਾ, 3 ਨੂੰ ਝਾੜੀ ਵਾਲਾ, 8 ਮਾਰਚ ਨੂੰ ਪਠੂਰ, 9 ਨੂੰ ਗੁਲਾਬੀ ਵਾਲਾ, 10 ਮਾਰਚ ਨੂੰ ਲਾਲਬਾਈ, 15 ਮਾਰਚ ਚੱਕ ਜਮਾਲਗੜ੍ਹ, 19 ਮਾਰਚ ਸਲੇਮ ਸ਼ਾਹ, 22 ਤੇ 23 ਮਾਰਚ ਭਾਗੋ ਮਾਜਰਾ, 10 ਬਰਾਬਰ, ਵਾਹ ਬਾਈ ਵਾਹ। ਉਧਰਲੇ ਪਾਸੇ ਵੀ ਬਿਲਕੁਲ ਬਰਾਬਰੀ ਦੇ ਮੈਚ ਖੇਡਾ ਜਾ ਰਿਹਾ, 10-10 ਦੀ ਬਰਾਬਰੀ ਹੈ, ਪਰ ਬਾਈ ਯਾਰ ਜੇ 2 ਨੰਬਰ ਗਰਾਊਂਡ ਤੇ ਅਟੈਕ ਬਣਿਆ ਹੋਇਆ ਹੈ ਤੇ ਫਾਈਟਰ ਮੁਕਾਬਲਾ ਪਹਿਲਾ ਦਾ ਕਲੋਜ਼ ਉਸੇ ਸਰਵ ਖੇਡ ਕੇ ਸੰਧੂ ਖੁੱਲੀਆਂ ਸਰਵਰ 24 ਨੂੰ, ਹਾਂ ਖੁੱਲੀਆਂ 25 ਦਾ ਫੁੱਲਾਂ ਵਾਲ ਖੇਡ ਤੇ 11 17 ਦਾ ਮੈਚ ਬਰਾਬਰ, ਠੀਕ ਹੈ ਜੀ, ਖੇਡ ਤੇ 11 ਦਾ ਮੁਕਾਬਲਾ, ਉਧਰਲੇ ਪਾਸੇ ਵੀ 10 ਬਰਾਬਰ ਹੈ, ਵਧੀਆ ਮੈਚ ਖੇਡਿਆ ਜਾ ਰਿਹਾ ਗਰਾਊਂਡ ਨੰਬਰ 2 ਤੇ ਵੀ। ਇਧਰ 6 ਪੁਆਇੰਟ ਚੁੱਕਿਆ ਦੀ ਟੀਮ ਦੇ ਫਰੈਂਡ ਕਲੱਬ USA ਆਸਟ੍ਰੇਲੀਆ, ਔਰ ਭਰਾ ਸਾਹਿਬ ਪਾਣ ਕਰਦੇ ਗੱਲਾਂ ਕਹਿੰਦੇ ਹੁੰਦੀਆਂ ਹੈ, ਔਰ 6-7 ਦੇਖਾਂਗੇ ਹੁਣ ਕੌਣ ਕਰੂਗਾ ਆਪਣੀ ਟੀਮ ਦੇ ਲਈ ਵੀ ਕੌਣ ਚੰਗਾ ਸਾਡੀ ਦੇਖਣੀ ਦਵਾਈ ਹੈ, ਕਿਵੇਂ ਕਰਦੇ ਹਾਂ ਪਿੱਠ ਪਿੱਛੇ ਵਾਰ ਮਿੱਤਰਾਂ ਨੂੰ ਸਭ ਖਬਰਾਂ ਬਈ ਕਿੰਨੇ ਦੁਸ਼ਮਣ ਕਿੰਨੇ ਸਾਡੇ ਯਾਰ ਬਈ ਮਿੱਤਰਾਂ ਨੂੰ ਸਭ ਖਬਰਾਂ। ਇੱਧਰ 6 ਨੰਬਰ ਚੁੱਕਿਆ ਹੋਇਆ, 6 ਇੱਧਰ 11 ਇੱਧਰ 6 ਕਦੇ ਧੱਕਿਆ ਬਾਈ ਵੀ ਟੀਮ ਦੇ ਆ, ਇੱਧਰ 11 ਇੱਧਰ 6 ਤੇ ਕਾਫਰ 12ਵਾਂ ਚੰਦ ਬਾਜਾ ਚੰਦ ਬਾਜਾ ਚੰਦ ਬਾਜਾ ਚੰਦ ਬਾਜਾ ਹੋ ਗਈ ਹੈ, ਨੱਪਿਓ 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 ਗਿੱਲੀ ਹੋ ਗਈ ਹੈ, ਇੱਧਰ 11 ਇੱਧਰ 6 ਸਲੇਮ ਸ਼ਾਹ ਵਾਲਾ ਬੱਲੇ 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 ਓਏ ਰੂਪ ਮਨਾ ਅਸੀਂ ਤੇ ਆ ਕੇ ਰਗਾ ਰੂਲਾ ਦਾ ਉੱਪਰ ਹਲ ਕਿੱਲੇ ਆਇਓ ਰੱਬਾ ਸਲਾਮ ਰੱਖਾ ਇੱਧਰ ਬਲਾਗਾ ਵਾਲਾ ਆਉ ਧੱਕਾ ਹੀ ਪਿੰਡ ਦਾ ਖੁਸ਼ਦੀਪ ਵੀ ਹੈ, ਕਈ ਮੇਲੇ ਹੋ ਗਏ ਤੇ ਫੇਰਿਆ ਫਿਰਦਾ ਮੇਰੇ ਮਿੱਤਰੋ, ਆਉ ਧੱਕਿਆਂ ਵਾਲੀ ਵਾਲਾ ਖੁਸ਼ਦੀਪ ਵੀ ਕਦੇ ਫੇਰਿਆ ਫਿਰਦਾ, ਆਉ ਕਦੇ ਗੱਭਰੂ ਦੀ ਕਹਿੰਦੇ ਖੇਡ ਵੱਖਰੀ ਹੈ ਵੀ ਗੱਭਰੂ ਦੇ ਨਾਲ ਕਿਹੜੇ ਹੁੱਤੇ ਆ ਪੁੱਲੋ ਤੇ ਥੋੜੇ ਥੋੜੇ ਹੋਏ ਜਿੰਨੇ ਮੇਲੇ ਮੁੰਡੇ ਨੇ ਜਿੱਤੇ ਹੈ ਤੇ ਸਾਰੇ ਮੇਲਿਆਂ ਦਾ ਜੇ ਬੈਸਟ ਜਿੱਤਮੈਂਟ ਝਾਤ ਮਾਰੀਏ ਤੇ ਘੱਟਿਆਂ ਵਾਲੀ ਵਾਲਾ ਖੁਸ਼ਦੀਪ ਹੀ ਰਿਹਾ, ਸਾਰੇ ਮੇਲਿਆਂ ਦਾ ਬੈਸਟ ਰਿਹਾ, ਇਹ ਵੀ ਬੜੇ ਮਾਣ ਵਾਲੀ ਗੱਲ ਹੈ। ਮੈਂ ਵੀ ਇੱਕ ਗੱਲ ਹੋਰ ਹੈ ਮੇਰੇ ਪੰਜਾਬੀ ਵੀਰ ਜਿਹੜੇ ਮੈਚ ਦੇਖਦੇ ਹੈ
ਤੇ ਜਿਹੜੇ ਲੈਬ ਵੀ ਦੇਖ ਰਹੇ ਹੈ, ਮੇਲਾ ਪਾਉਂਦੇ ਹੋਇਆ ਤੇ ਉੱਥੇ ਨੈਟ ਮੈਨ ਉਹਨਾਂ ਨੇ ਸੋਨੇ ਸਰਪੰਚ ਵਰਗਿਆਂ ਨੇ ਕੇਂਦਰ ਦੇ ਨਾਲ ਖੁਸ਼ੀ ਨੂੰ ਜੁਆਇਨ ਕਰਤਾ ਹੈ। ਤੇ ਟੈਂਕਰ ਕੱਲਾ ਸਿੱਧੂ ਕਰਤਾ ਵੀ ਸਿੱਧੂ ਅੱਜ ਦੇ ਮੇਲੇ ਦਾ ਬੇਸ ਟੈਂਕਰ ਹੈ, ਸਿੱਧੂ ਨੇ ਟੈਕ ਕੀਤਾ। ਪਰ ਸਿੱਧੂ ਦੀ ਮੈਂ ਸੋਚ ਦੇਖੀ ਤੇ ਸਿੱਧੂ ਮੇਰੇ ਕੋਲੇ ਆਇਆ ਹੈ, ਕਹਿੰਦਾ ਵੀ ਨੈਣੇ ਵਾਲੀਆ ਘੋਗੇ ਨੂੰ ਮੇਰੇ ਨਾਲ ਬੇਸਟ ਕਰਦੇ। ਜਿਹੜੇ ਜਿਹੜਿਆਂ ਨੂੰ ਸਿੱਧੂ ਦੀ ਸੋਚ ਵਧੀਆ ਲੱਗਦੀ ਇੱਕ ਤਾੜੀ ਜ਼ੋਰਦਾਰ ਮਾਰੋ ਬੰਦੇ ਦੀ। ਸਹੀ ਗੱਲ ਹੈ ਯਾਰ, ਨਹੀਂ ਮੈਂ ਦੇਖਿਆ ਵੀ ਬੰਦੇ ਨੇ ਆਪ ਕਿਹਾ ਸਿੱਧੂ ਨੇ, ਬੰਦੇ ਨੇ ਆਪ ਕਿਹਾ ਸਿੱਧੂ ਨੇ ਵੀ ਮੇਰੇ ਨਾਲ ਡਾਕਟਰ ਜੁਆਇਨ ਕਰ ਦਿਓ ਇੱਕ ਜਣਾ ਘੋਗੇ ਨੂੰ ਦੇ ਨਾਲ, ਉਹ ਕਹਿੰਦੇ ਕੰਮ ਨਹੀਂ ਸੋਹਣਾ ਕੀਤੇ ਸਿੱਧੂ ਨੇ ਆਪ ਕਿਹਾ ਬੰਦੇ ਨੇ ਕੱਲੇ ਮੇਰੇ ਮੁੰਡੇ ਨੂੰ ਹੌਸਲਾ ਦੇਣਾ ਵੀ ਸਿੱਧੂ ਤੇਰੀ ਸੋਚ ਨੂੰ ਸਲਾਮ ਹੈ ਸੁਣਿਆ ਸੱਚੇ ਪਾਤਸ਼ਾਹ ਵਾਹਿਗੁਰੂ ਤੈਨੂੰ ਹੋਰ ਵੀ ਤਰੱਕੀਆਂ ਬਖਸ਼ੇ। ਨਾ ਉਸ ਸਾਹਮਣੇ ਵੀ ਜੱਟ ਮੌਜਾਂ ਕਰਦਾ ਏ, ਰੱਬ ਨੇ ਤੋੜ ਕੋਈ ਨਾ ਰੱਖੀ। ਬਾਕੀ ਮਿੱਤਰਾ ਬਾਬੇ ਨਾਨਕ ਨੇ ਵੀ ਕਿਸੇ ਜੀ ਦੀ ਪਾਰੋਂ ਕਮੀ ਨਹੀਂ ਰੱਖੀ। ਨਾ ਯਾਰਲ ਕਰੜਾ ਬੁਜੇ ਧਰਮ ਨੂੰ ਲਾਉਂ ਕਰਦਾ ਗੁਰੂ ਪਾਰੋਂ ਕਰਦੇ ਕਹਿੰਦੇ ਵੱਡੇ ਕਰੜਾ ਜੀ ਕੀ ਬਾਤ ਹੈ, ਵੈਲਕਮ ਵੈਲਕਮ ਕੇ ਵੱਡੇ ਆ ਚੰਡੀਗੜ੍ਹ ਵਾਲੇ ਆ ਗਏ ਸਰਵਾਈਵਰ ਬਹੁਤ ਪਿਆਰ ਬਾਬਾ ਧਰਵਾਦ ਬਹੁਤ ਸ਼ੁਕਰੀਆ ਥੋੜੇ ਲੋਕਾਂ ਦਾ ਵੈਲਕਮ ਵੈਲਕਮ ਬਹੁਤ ਥੋੜੇ ਅਨਸਾਨ ਹੁੰਦੇ ਇਹੋ ਜਿਹੇ ਸੰਧੂ ਹਰਮਨ ਵੀ ਮੈਂ ਦੇਖਿਆ ਜਪੀ ਸਿੱਧੂ ਸਿੱਧੂ ਗ੍ਰਿਵਤਾ ਦੀਵਾਰ ਪ੍ਰਾਪਤ ਦੀਵਾਰ ਨੂੰ ਸਿੱਧੂ ਤੇ ਇਹ ਜੇ ਹੀਰਿਆਂ ਦੀ ਲੋੜ ਹੈ ਸਾਨੂੰ। ਉਧਰ ਕਲੱਬ ਵਾਲੇ ਵੀਰ ਕਹਿੰਦੇ ਸਿੱਧੂ ਕਿੰਦੇ ਦੇ ਵਾਲ ਮਾਰਦੇ ਤੇ ਕਿੰਦਾ ਸਿੱਧੂ ਦੇ ਮਾਰਦੇ, 500 ਦਿੱਤਾ ਜਾਣਾ ਜਿਹੜਾ ਵੀ ਖਿਡਾਰੀ ਪਹਿਲਾਂ ਵਾਲ ਮਾਰਦੇ 500 ਦੇਗਾ। ਕਿੰਦਾ ਮਾਰਦੇ ਕਿ ਸਿੱਧੂ ਕਿੰਦੇ ਤੇ ਮਾਰਦੇ ਮੈਂ ਵੀ ਗੁਰਾਂ ਦਾ ਨਾਲ ਦੱਸ ਹੀਰਾ ਬੰਦਾ ਹੀਰਾ ਵੀਰੇ ਵਿੱਕੀ ਓਕੇ ਜੀ ਇੱਧਰ 6 ਤੇ 11 ਦੀ ਖੇਡ ਜਿਹੜੀ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਹੈ। ਟੀਮਾਂ ਬਹੁਤ ਵੱਡੀਆਂ ਨੇ, ਬਹੁਤ ਚਾਹਤ ਮੇਰੇ ਮਿੱਤਰੋ ਸ਼ੇਅਰ ਨਹੀਂ ਕਰਦੇ ਪਲੇਅਰ ਸ਼ੇਅਰ ਕਰੋ ਮੇਰੇ ਭਰਾ ਓਲੀਕੀਆਂ ਕਹਿਣਗੀਆਂ ਆ ਜੇ ਬਹੁਤ ਜਲਦ ਸਿਰਫ 35 ਸ਼ੇਅਰ ਹੀ ਹੋਏ ਲਾ ਲਾ ਸ਼ੇਅਰ ਨਹੀਂ ਕਰਦੇ ਮੁੰਡਾ ਯਾਰ ਬਹੁਤ ਘੱਟ ਸ਼ੇਅਰ ਕਰਦੇ ਆ। ਫਾਈਨਲ ਮੈਚ ਵੀ ਬੜਾ ਸੋਹਣਾ ਲੱਗਦਾ ਦੀਪਕ ਸਿੰਘ ਰੌਣ ਦਾ ਪਿੰਡ ਦੇ ਵਿੱਚ ਬਾਬਾ ਨਾਨਕ ਹਰਪ੍ਰੀਤ ਬਰਾੜ ਇੱਧਰ ਦੀਪ ਸਿੱਧੂ ਔਰ ਜਿਹੜੀ ਗਰਾਊਂਡ ਦੇ ਵਿੱਚ ਖੇਡੀ ਆ ਰਹੀ ਆ ਟੀਮਾਂ ਕਹਿੰਦੇ ਬਹੁਤ ਵੱਡੀਆਂ ਨੇ ਔਰ ਵੱਡੇ ਵੱਡੇ ਖਿਡਾਰੀ ਜਿਹੜੇ ਔਰ ਧਰਤਨ ਕਰਵਾ ਰਹੇ ਨੇ ਮੈਂ ਫਿਰ ਦੱਸਦੇ ਆ। ਹਰਪ੍ਰੀਤ ਬਰਾੜ ਇੰਦਰਲੇ ਪਾਸੇ ਸਫਲਤਾ ਜਿਹੜੀ ਇੱਕ ਹੋਰ ਜੁੜ ਗਈ ਹੈ ਤੇ ਨਾਲ ਹੀ ਉਧਰ ਸਾਡਾ ਭਰਾ ਸਤਿਗੁਰ ਹੈ ਜਪਦੇ ਹੋਈਆ ਉਹ ਵੀ ਅੱਜ ਦੇ ਵੱਡੇ ਕੱਪ ਦੇ ਨਾਲ ਲਾਈਵ ਜਿਹੜਾ ਬੈਠਾ ਬਹੁਤ ਵੱਡਾ ਮੈਂ ਧੰਨਵਾਦ ਕਰਾਂਗਾ ਸਾਡੇ ਭਰਾ ਦਾ। ਔਰ ਜਦੋਂ ਸਤਿਗੁਰ ਲਿਖਦਾ ਕਹਿੰਦੇ ਗੱਲ ਜਿਹੜੀ ਉਦੋਂ ਟਿਕਾਣੇ ਲੱਗ ਜਾਂਦੀ ਹੈ ਵੀ ਨਵਾਂ ਨਵਾਂ ਮੁਲਕ ਹੋਇਆ ਹੋਵੇ ਲੱਗ ਜਾਵੇ ਚਾਰ ਤੱਕ ਚੱਕ ਮਾਰਦੀ ਭਾਈਆਂ ਚ ਪਿਆਰ ਹੁੰਦਾ ਪਿਆਰ ਪਿੱਛੋਂ ਘਰ ਵਿੱਚ ਨਿਕਲ ਜਾਂਦੀ ਹੈ ਜਿਹੜੀ ਕੱਟ ਮਾਰਦੀ ਹੈ ਟੌਰ ਵਿੱਚ ਪਾਵੇ ਬੰਦਾ ਲੱਗਦਾ ਨੀ ਪਤਾ ਪੈ ਜੇ ਤੁਰਕਾਂ ਦੇ ਕਿਤੇ ਜੁੱਤੀ ਹੈ ਤੰਗ ਮਾਰਦੀ ਹੈ ਤੇ ਸਤਿਗੁਰ ਹੋਣਾ ਸੀ ਪੰਜਾਬ ਪਹਿਲੇ ਨੰਬਰ ਤੇ ਹੈ ਪਰ ਚੱਕਰੀ 47 ਵਾਲੀ ਹੈ ਵੱਟ ਮਾਰਦੀ ਹੈ ਚੱਕਰੀ 47 ਵਾਲੀ ਹੈ ਵੱਟ ਮਾਰਦੀ ਹੈ ਕਹਿੰਦੇ ਸਤਿਗੁਰ ਨੇ ਮੇਰੇ ਮਿੱਤਰ ਕਮਾਲ ਜਿਹੜੀ ਕਰ ਦਿੱਤੀ ਹੈ ਇੱਧਰਲੇ ਪਾਸੇ ਸਰਵ ਚੇਂਜ ਹੈ ਕਦੇ ਗੱਲ ਜਿਹੜੀ ਸਿਰੇ ਹੋ ਗਈ ਹੈ ਮੇਰੇ ਮਿੱਤਰੋ ਤੇ ਨੰਬਰ ਘੱਟਿਆਂ ਵਾਲੀ ਟੀਮ ਦੇ ਖਾਤੇ ਵਿੱਚ ਹੈ 11-7 ਉਧਰ ਹਰਪ੍ਰੀਤ ਭਰਾ ਸਾਡਾ ਹਰਪ੍ਰੀਤ ਬਰਾੜ ਬੱਬੀ ਦੀਪ ਸਿੰਘ ਵਾਲੇ ਦੀ ਧਰਤੀ ਦਾ ਰਹਿਣਾ ਵਿੱਚ ਕੈਨੇਡਾ ਵੇ ਔਰ ਉਹ ਵੀ ਮੇਰੇ ਮਿੱਤਰੋ ਲਾਈਵ ਜੁੜਿਆ ਹੋਇਆ ਅੱਜ ਦੇ ਇਸ ਵੱਡੇ ਕੱਪ ਦੇ ਨਾਲ ਔਰ ਸੰਗਤ ਵੱਡੇ ਪੱਧਰ ਦੇ ਉੱਤੇ ਲਾਈਵ ਜੁੜੀ ਹੋਈ ਹੈ
ਦੁਨੀਆਂ ਦੇ ਵੱਡੇ ਵੱਡੇ ਮਨ ਭਿੜ ਰਹੇ ਮੇਰੇ ਮਿੱਤਰੋ, ਅੱਜ ਦੇ ਵੱਡੇ ਕੱਪ ਦਿੱਤੇ ਬੱਲੀ ਕੈਨੇਡਾ ਬਾਈ, ਉਧਰ ਬੱਲੀ ਕੈਨੇਡਾ ਭਰਾ ਸਾਡਾ, ਇਹ ਬਾਈ ਬੱਲੀ ਪੂਣੀਆਂ, ਹਾਂਜੀ ਹਾਂਜੀ, ਓਕੇ ਓਕੇ, ਇਧਰ ਬੱਲੀ ਪੂਣੀਆਂ ਭਰਾ ਸਾਡਾ, ਔਰ ਉਹ ਵੀ ਲਾਈਵ ਜਿਹੜਾ ਹੋਇਆ ਜਿਹੜੇ ਇਸ ਕੱਪ ਦੇ ਨਾਲ, ਤੇ ਵੱਡਾ ਧੰਨਵਾਦ ਮੈਂ ਤੇ ਵੀਰਾਂ ਦਾ ਕਰਦਾ, ਇੱਕ ਮਾਂ ਉਧਰ ਸੱਦੇ ਦਿੰਦਾ ਬੱਬੀ ਦੀਪ ਸਿੰਘ ਵਾਲਾ, ਬੋੜੇ ਦੇ ਬਿੱਲੂ ਦੇ ਨਾਲ ਕਹਿੰਦੇ ਪਿਆਰ ਹੈ, ਬਿੱਲੂ ਸਾਡਾ ਰਹਿੰਦਾ ਕੈਨੇਡਾ, ਬੋੜੇ ਵਾਲਾ ਗੱਲਾਂ ਵੱਖਰੀਆਂ। ਇੱਧਰ ਬੇਨਤੀ ਜੀ ਪ੍ਰਬੰਧਕ ਟੰਡੀਆਂ, ਜਿਹੜੀ ਟੀਮ ਜ਼ਿਆਦਾ ਡਿਫੈਂਸ ਕਰਦੀ ਹੈ ਦੂਜੀ ਟੀਮ ਨੂੰ ਸੋਟ ਦੇ ਦਿਓ, ਸਾਡੇ ਰੈਫਰੀ ਵੀਰਾਂ ਨੂੰ ਬੇਨਤੀ ਹੈ, ਤੇ ਜੇ ਪ੍ਰਬੰਧਕ ਦੇ ਫੇਰ ਵੀ ਉਵੇਂ ਖੇਡੀ ਗਏ ਤੇ ਤੀਜੀ ਵਾਰ ਜਿਹੜੀ ਅਸੀਂ ਲਾਜ਼ਮੀ ਕਰ ਦੇਣੀ ਹੈ, ਜੋ ਪ੍ਰਬੰਧਕਾਂ ਨੇ ਕਹਿਣਾ ਆਪਾਂ ਬੋਲ ਦੇਣਾ। ਪ੍ਰਬੰਧਕ ਵੀਰ ਪੀਤੇ ਵਰਗੇ, ਸੁੱਖ ਵਰਗੇ, ਬੇਅੰਤ ਵਰਗੇ ਸਾਰੇ ਭਰਾ ਰਹੇ ਹੈ, ਇਹ ਨੋਟ ਕਰਿਓ, ਚਾਰੇ ਟੀਮਾਂ ਦੇ ਖਿਡਾਰੀ, ਗੱਲ ਇੱਕ ਲਈ ਨੀ, ਚਾਰੇ ਟੀਮਾਂ ਨੋਟ ਕਰਨਗੀਆਂ। ਮੈਂ ਵੀ ਸੁੱਖ ਮੇਰੇ ਇੱਧਰ ਸਟੇਜ ਤੇ ਆ ਕੇ ਜ਼ਰੂਰ ਮਿਲ ਲਓ ਮੇਰਾ ਵੀਰ ਬਣ ਕੇ, ਉਧਰ ਬਲਰਾਜ ਬੱਲੀ ਪੂਣੀਆਂ ਕੈਨੇਡਾ, ਸਾਡੀ ਜ਼ਿੰਦਗੀ ਦਾ ਮਾਣ ਆ ਵੀਰ, ਬਹੁਤ ਵੱਡਾ ਮੈਂ ਧੰਨਵਾਦ ਕਰਾਂਗਾ, ਔਰ ਮਾਣ ਸਨਮਾਨ ਕਦੇ ਪਾਣੀ ਦੇ ਕੀਤੇ ਦੁੱਗ ਦੁੱਗ ਦੇ ਨਾਲ, ਵੱਡਾ ਪ੍ਰਮੋਟਰ ਸਾਡੀ ਖੇਡ ਬਾਜ਼ੀ ਬਣਦਾ, ਉਹ ਵੀ ਸਾਡਾ ਵੱਡਾ ਭਰਾ ਜਿਹੜੇ ਵੱਡੇ ਖੇਡ ਟੂਰਨਾਮੈਂਟ ਦੇ ਨਾਲ ਕਦੇ ਜੁੜਿਆ ਹੋਇਆ ਹੈ, ਵੀ ਪੂਰਾ ਗੱਡੇ ਵਾਂਗੂ ਵਾਹੀਦਾ ਸਰੀਰ ਨੂੰ ਤੇ ਮਿਹਨਤ ਕਰੀ ਦੀ ਰੱਜ ਕੇ, ਆਓ ਵੀਕ ਨੇ ਤੇ ਲਿਬੜੇ ਹੀ ਮਿਲੀ ਦਾ, ਤੇ ਵੀਕਐਂਡ ਟੌਰ ਕੱਢ ਕੇ ਪੂਰਾ ਗੋਲੀ ਵਾਂਗੂ ਚੱਲਿਆ ਹੈ ਸੁੱਖ ਨਾਲ, ਜਦੋਂ ਦਾ ਖੋਟਾ ਸਿੱਕਾ ਚੱਲਿਆ ਤੇ ਪੁੱਛੇ ਬੈਂਕ ਦਾ ਮੈਨੇਜਰ ਵੀ ਬਾਪੂ ਨੂੰ ਕਿ ਪੁੱਤ ਜੱਟਾਂ ਕਿੱਥੇ ਢੱਲਿਆ, ਔਰ ਪੁੱਛੇ ਬੈਂਕ ਦਾ ਮੈਨੇਜਰ ਵੀ ਬਾਪੂ ਨੂੰ ਕਿ ਪੁੱਤ ਜੱਟਾਂ ਆਓ ਕਿੱਥੇ ਢੱਲਿਆ, ਇੱਧਰ ਸਲੇਮ ਸ਼ਾਹ ਵਾਲਾ ਨੰਬਰ ਜੋੜ ਗਿਆ, ਨੰਬਰ ਉਧਰ ਵੀ ਲੱਗ ਗਿਆ ਤੇ ਨੰਬਰ ਕਹਿੰਦੇ ਇੱਧਰ ਵੀ 13 ਹੋ ਗਏ ਹੈ, 13 ਤੇ 10 ਦੀ ਟੱਕਰ ਹੈ, ਇੱਧਰ 10 ਵੀ ਜਾਂਦਾ ਰਹਾ, ਇੱਧਰ ਵੀ 13 ਹੋ ਗਏ, ਲਓ ਸਾਹਮਣੇ ਇੱਧਰ ਕਹਿੰਦੇ 16 ਤੇ 6 ਦੀ ਟੱਕਰ ਹੈ, ਇੱਧਰ ਵੀ ਫਰਕ ਜਿਹੜਾ ਵੱਡਾ ਪੈ ਗਿਆ ਮਿਲ ਜਾਂਦਾ ਹੈ, ਆਓ ਗਰਾਊਂਡ ਦੇ ਅੰਦਰ ਮੇਰੇ ਮਿੱਤਰੋ, ਸਿਰੇ ਦਾ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ, ਆਓ ਖੇਡਦੇ ਗਰਾਊਂਡ ਦੇ ਅੰਦਰ, ਟੀਮਾਂ ਜਿਹੜੀਆਂ ਵੱਡੀਆਂ ਨੇ, ਅੱਜ ਮੈਂ ਵੇਖਦਾ ਵੀ ਮੇਲਾ ਮੇਰੇ ਮਿੱਤਰੋ ਕੱਪਰ ਵਰਸ਼ੇ ਦੀ ਧਰਤੀ ਦਾ, ਕੱਲ ਨੂੰ ਕਹਿੰਦੇ ਪੰਜੀਰਪਾਲ ਵਧੀਆ ਦੀ ਆਰੇ, ਥੈਂਕ ਯੂ ਥੈਂਕ ਯੂ, ਗੋਰਾਵਾਲਾ ਜੈਕਟਪਾਲ ਸਭ ਤੋਂ ਵੀ ਸੱਦੇ ਲਾਉਂਦਾ ਨਾ ਜਾਂਦਾ, ਸਤਿ ਸ਼੍ਰੀ ਅਕਾਲ ਜੀ, ਪਟਾਲੇ ਦੇ ਵਿੱਚ ਰਣ ਚੱਲ ਰਿਹਾ ਕੈਨੇਡਾ ਜੀ, ਬਹੁਤ ਧੰਨਵਾਦ ਇਲਾਕੇ ਦੇ ਵਿੱਚ, ਪਰ ਬੰਨੇ ਬਾਈ ਕਿਵੇਂ ਹੋ, ਵੱਡੀਆਂ ਨੇ ਕੈਨੇਡਾ ਵਾਲਿਓ, ਬੰਨੇ ਬਾਈ ਤਾਂ ਹੋਈ ਪਈ ਹੈ ਕਿਵੇਂ ਦੇ ਜਨਮ ਦੇ ਵਿੱਚ, ਵੀ ਯੋਧਿਆਂ ਦੇ ਵਿੱਚ ਜੂਝਦੇ ਵਾਅਦੇ ਤਲਵਾਰਾਂ ਉਸ ਟੱਟ ਦੇ ਹੱਥ ਹੁੰਦੀਆਂ, ਆਓ ਜਿੱਤਾਂ ਤੇ ਹਾਰਾਂ ਖੁਸ਼ੀ ਮਨਾਈਏ, ਜਿੱਤ ਦੀ ਤੇ ਹਾਰੋ ਲਈਏ, ਵਾਹਿਗੁਰੂ ਤੋਂ ਡਰ ਕੇ ਰਹਿਣਾ, ਡਰ ਕੇ ਰਹਿਣਾ ਚਾਹੀਦਾ, ਵਧੀਆ ਇੱਧਰ ਨੂੰ ਬਾਬਾ ਧੰਨਵਾਦ ਵੀਰ, ਸੋਹਣੇ ਮੈਚ ਖੇਡੇ ਜਾ ਰਹੇ ਹੈ, ਥੈਂਕ ਯੂ ਬੱਲੀ ਬਾਈ, ਬਹੁਤ ਵਧੀਆ ਮੁਕਾਬਲਾ ਖੇਡ ਮੈਦਾਨ, ਜਰੂਰ ਜਰੂਰ, ਵੈਲਕਮ ਵੈਲਕਮ ਬੱਲੀ ਬਾਈ, ਵੈਲਕਮ ਵੈਲਕਮ ਬੱਲੀ ਕੈਨੇਡਾ ਦਾ ਹੀਰਾ ਬੰਦਾ, ਹੀਰਾ ਬੱਲੀ ਬੱਲੀ ਬਾਈ ਰਾਜਵਾ ਕੈਨੇਡਾ ਦੇ ਸਰੀ ਸਾਹਿਬ ਤੋਂ ਜੁੜੇ ਹੈ, ਬਹੁਤ ਧੰਨਵਾਦ ਬੱਲੀ ਪੂਣੀ ਵਾਲਾ, ਦੀਪ ਸਿੱਧੂ ਵੀਰ ਹੈ ਜ਼ਿੰਦਗੀ ਦਾ, ਬਿਲਕੁਲ ਸਿੱਧੂ ਭੱਟ ਜੁੜਿਆ ਹੋਇਆ ਹੈ, ਗੁਰੂ ਕੰਬੋਜ ਬਹੁਤ ਧੰਨਵਾਦ, ਗੁਰੂ ਤਿੰਨ ਨੰਬਰ ਗਰਾਊਂਡ ਵਾਲੀ ਸਾਈਡ ਸੁੱਖ ਸਾਡਾ ਵੀਰ, ਫਾਈਨਲ ਨਿਵਰੇ ਸੈਮੀ ਹੈ ਸੈਮੀ, ਭਾਈਆਂ ਵੀਰ ਸਿੰਘ ਬੰਦ ਕਰੇ ਯਾਰ, ਵੀਰ ਬਣ ਕੇ ਭਰਾ ਬਣੇ, ਬੇਨਤੀ ਹੈ ਮੇਰੀ ਵੀਰਾਂ ਨੂੰ, ਧੰਨਵਾਦ ਧੰਨਵਾਦ, ਜ਼ਰੂਰ ਬੰਦ ਕਰ ਦਿਆਂਗੇ, ਬਰਦਾਸਮਾਨ ਸੈਮੀ ਹੈ ਵੀਰੇ, ਇਸ ਤੋਂ ਬਾਅਦ ਫਾਈਨਲ ਹੈ,
ਬਹੁਤ ਵੱਡਾ ਧੰਨਵਾਦ ਮੈਂ ਤੇ ਕਰਨਾ। ਇਸ ਤੋਂ ਬਾਅਦ ਚਲਦੇ ਆ ਮੇਰੇ ਮਿੱਤਰ, ਇਹ ਗੱਲਾਂ ਬਾਤਾਂ ਵੱਡੀਆਂ ਨੇ ਔਰ ਸਾਹਮਣੇ ਮੈਂ ਵੇਖਦਾ ਵੀ ਸਵਾਦ ਆਹ ਅੱਜ ਦੇ ਵੱਡੇ ਕੈਪ ਦਾ ਨਜ਼ਾਰਾ। ਇਧਰ ਟੀਮਾਂ ਜਿਹੜੀਆਂ ਫਾਈਨਲ ਦੇ ਲਾਗੇ ਤਾਗੇ ਹੈ ਔਰ ਰੌਣਕਾਂ ਜਿਹੜੀਆਂ ਵੱਡੀਆਂ ਨੇ ਖੁੱਲੇ ਹਲਾਰੇ ਆ ਵੀ ਬੜੇ ਕਾਬਲੇ ਬਿਲਕੁਲ ਸਹੀ ਹੈ ਵਿੱਕੀ, ਉਹ ਬੱਲੇ ਹਰਜੀਤ ਸਿਰਾ ਜਿੱਤਾ ਹਰਜੀਤ ਸਿਰਾ ਸਿੱਧੂ ਸਿਰਾ ਕਲੋਜ਼ ਫਾਈਟਰ ਆਸ਼ੂ ਬਾਂਸਲ ਬਾਬਾ ਦਰਵਾਜ਼ੇ ਆ ਉਹ ਗੱਲਾਂ ਬਾਤਾਂ ਵੱਡੀਆਂ ਨੇ ਜਿਹੜਾ ਰੱਬ ਕਮੋਜ ਸ਼ਾਨ ਵੀ ਆ ਪੁੱਜੇ ਹੋਇਆ ਜੇ ਆਪਣੇ ਕੋਲੇ ਪੁਆਇੰਟ ਵਿੱਕੀ ਠੀਕ ਹੈ 15-7 ਹੋ ਗਏ ਮੁੰਡਿਓ 15 ਕੱਟਿਆਂ ਵਾਲੀ 7 ਪੁਆਇੰਟਾਂ ਚੁੱਗਿਆਂ ਦੇ ਪੰਦਰਾਂ ਸੱਤ ਇੱਧਰ 15 ਘੱਟਾਂ ਵਾਲੀ ਦੇ 7 ਪਾਉਂਡਾਂ ਉੱਧਰ ਚੁੱਗਾਂ ਦੇ ਨੱਪੀ ਆਉਂਦੇ ਆ ਕਿੱਲੀ ਉਹ ਦੋਵੇਂ ਪਾਸਿਓਂ ਟੀਮਾਂ ਛੰਡ ਕੱਢੀ ਆਉਂਦੇ ਆ ਕਲੋਜ਼ ਫਾਈਟਰ ਭਰਲ ਕਲੋਜ਼ ਫਾਈਟਰ ਭਰਲ ਕਿਆ ਬਾਤ ਆ ਐਂਡ ਐਂਡ ਜਮਾਂ ਫਾਈਨਲ ਬੜਾ ਤਗੜਾ ਲੱਗਣਾ ਵੀਰੇ ਨਜਾਇਜ਼ ਤਗੜਾ ਲੱਗਣਾ ਜਿਹੜੀ ਵੀ ਜਿੱਤ ਗਈਆਂ ਦੋਵੇਂ ਪਾਸਿਓਂ ਬਾਲ ਮੁੰਡਿਆ ਭਾਊਆ ਭਾਊ ਤੇ ਬਾਲ ਵੱਜ ਗਈ ਵਧਾਈਆਂ ਵਾਲੇ ਤੇ ਆ ਸੇਮੇ ਨੇ ਭਾਊ ਢਾਲਿਆ ਇੱਧਰ ਸਿਰਾ ਤਕੜੀ ਬਾਲ ਮਾਰਤੀ ਸੇਮੇ ਨੇ ਅੱਡੀ ਚੋਟੀ ਦਾ ਜੋਰ ਵੀ ਲੱਗਣਾ ਵੀ ਦੁਨੀਆ ਖੜਕੇ ਵੇਖੋ ਕੁੱਲ ਨਜ਼ਾਰਾ ਦੁਨੀਆ ਖੜਕੇ ਵੇਖੋ ਕੁੱਲ ਨਜ਼ਾਰਾ ਤਕੜੀ ਬਾਲ ਮਾਰਤੀ ਦੋਵੇਂ ਪਾਸਿਓਂ ਤਕੜਾ ਜੋਰ ਲਾ ਰਹੀਆਂ ਟੀਮਾਂ ਜਸ਼ਨ ਖਾਨ ਜਸ਼ਨ ਖਾਨ ਸਾਜਨ ਕਾਮਰਾ ਫਾਈਨਲ ਵੀਰੇ ਕਲੀਅਰ ਨਹੀਂ ਹੋਇਆ ਜੇ ਕਿਹੜੀਆਂ ਟੀਮਾਂ ਪ੍ਰੀਤ ਢਿੱਲੋਂ ਬਹੁਤ ਧੰਨਵਾਦ ਵੀਰੇ ਸਾਰੇ ਆਪਣੇ ਭਰਾ ਪ੍ਰੀਤ ਢਿੱਲੋਂ ਹੱਸ ਲਈ ਹੱਸ ਲਈ ਦਾ ਮੁੰਡਿਆਂ ਨਾਲ ਸਾਰੇ ਆਪਣੇ ਭਰਾ ਕੋਈ ਚੱਕਰ ਨੀ ਸਾਰੇ ਆਪਣੇ ਭਰਾ ਪ੍ਰੀਤ ਢਿੱਲੋਂ ਤੈਨੂੰ ਪਤਾ ਹੱਸ ਲਈ ਦਾ ਕੋਈ ਚੱਕਰ ਨੀ ਥੋੜੇ ਵੀਰ ਆਪਣੇ 17-10 ਉਧਰ 17 ਇਧਰ 10 ਅੱਜ ਨੀ ਕੋਈ ਪਤਾ ਕੀ ਬਣਨਾ ਕੀ ਜੁੜਨਾ ਜੱਗ ਸਿੰਧੂ ਜੱਗ ਸੰਧੂ ਪ੍ਰੀਤ ਸ਼ੇਅਰ ਨੀ ਕਰਦਾ ਯਾਰ ਤੂੰ ਮਾੜੀ ਸਾਜਨ ਕਾਮਰਾ ਥੈਂਕ ਯੂ ਡਾਕਟਰ ਸੰਦੀਪ ਝੋਟਿਆਂ ਵਾਲੀ ਓ ਵਾਹ ਜੱਟਾ ਸਿਰਾ ਯਾਰ ਡਾਕਟਰ ਵੀ ਹੀਰਾ ਬੰਦਾ ਝੋਟਿਆਂ ਵਾਲੀ ਵਾਲਾ ਹੀਰਾ ਬਿਲਕੁਲ ਬਿਲਕੁਲ ਜਸ਼ਨ ਖਾਨ ਸਾਹਿਲ ਜੁੱਡੋ ਡਾਕਟਰ ਸੰਦੀਪ ਉਧਰੋਂ ਭਣਿਆਰੀ ਫਾਈਨਲ ਚ
ਭੰਡਿਆਰੀ ਵਾਲੇ ਫਾਈਨਲ ਚ ਉਧਰ ਭੰਡਿਆਰੀ ਦੀ ਟੀਮ ਜਿਹੜੀ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਨੇ ਭੰਡਿਆਰੀ ਟੀਮ ਨੂੰ ਬਹੁਤ ਤਗੜਾ ਖੇਡੇ ਮੁੰਡੇ ਕਿੰਗਰੇ 11-17 ਬਹੁਤ ਤਗੜਾ ਪ੍ਰਦਰਸ਼ਨ 11-17 ਹੋ ਗਏ ਇਧਰ ਵੀ ਅਜੇ ਪਤਾ ਨਹੀਂ ਕੀ ਬਣਨਾ ਹੈ 11-17 ਓਕੇ ਓਕੇ ਸਾਜਨ ਕਾਮਰਾ ਜ਼ਰੂਰ ਜ਼ਰੂਰ ਜੇ ਇੱਧਰ 17 ਸਿੱਧੂ ਹੋਰ ਕਹਿੰਦੇ 17 ਪੁਆਇੰਟ ਨਹੀਂ ਯਾਰ 15 ਉਧਰ ਮੁੱਕ ਗਿਆ ਮੈਚ ਇੱਧਰ ਕਿੰਨੇ ਆ 15-8 ਸੋਰੀ ਮੈਂ ਗਲਤੀ ਆ ਮੈਂ ਭੁਲੇਖੇ ਉਹਦੇ ਪੁਆਇੰਟ 15-8 ਵੀਰੇ ਸੋਰੀ ਇੱਧਰ 15 ਉਧਰ 8 17 ਦੀ ਗੇਮ ਹੈ 17 ਦੀ ਗੇਮ ਹੈ 15-8 ਇਧਰ ਕਹਿੰਦੇ ਜਿਲੇ ਕੋਈ ਮੁੰਡ ਦੀ ਸਾਨ ਪੁੱਜੇ ਹੋਇਆ ਗੇਮ ਢਿੱਲੋਂ ਵੀ ਆਇਆ ਚੱਕੜਾਲ ਪਿੰਡ ਗੇਮ ਬੜਾ ਗੱਲਾਂ ਬਾਤਾਂ ਫੜੀਆਂ ਨੇ ਰਾਜ ਬਰਾਬਰ ਦੁਨੀਆ ਦੀ ਵੀ ਪਿਆਰ ਕਰਦੀ ਹੈ ਤੇਰੇ ਦੇ ਵਿੱਚ ਕੋਈ ਸ਼ੱਕ ਨਹੀਂ ਵੀ ਪਹਿਲਾਂ ਛੋਟੀ ਭੰਨ ਲਿਆ ਸੀ ਫਿਰ ਬਿਹਤਰੀ ਕਿਸ਼ਤ ਵੀ ਰਾਹੀ ਨਾ ਲੱਥਿਆ ਸਿਰ ਤੋਂ ਕਰਦਾ ਮਿੱਟੀ ਵਿੱਚ ਮਿੱਟੀ ਹੋ ਹੋ ਕੇ ਆਹ ਪੁੱਤ ਵਰਗਾ ਫੋੜ ਟਰੈਕਟਰ ਜੱਟ ਨੇ ਬੇਬਿਆ ਰੋ ਰੋ ਕੇ ਪੁੱਤ ਵਰਗਾ ਫੋੜ ਟਰੈਕਟਰ ਜੱਟ ਨੇ ਬੇਬਿਆ ਰੋ ਰੋ ਕੇ ਭੰਡਿਆਰੀ ਫਾਈਨਲ ਮੈਚ ਦੋਵੇਂ ਟੀਮਾਂ ਬਹੁਤ ਤੜਾ ਖੇਡੀਆਂ ਚੁੱਗਾਂ ਵਾਲੇ ਮੁੰਡੇ ਵੀ ਬਹੁਤ ਤੜਾ ਖੇਡੇ ਘੱਟਿਆਂ ਵਾਲੀ ਟੀਮ ਲਗਾਤਾਰ ਛੇਵੇਂ ਫਾਈਨਲ ਚ ਸ਼ੁਰੂ ਕਿਹੜੇ ਟੂਰਨਾਮੈਂਟ ਤੋਂ ਹੋਏ ਖੁਸ਼ੀ ਭਰਾ ਬਣ ਕੇ ਆ ਗਿਆ ਵੀ ਠੀਕ ਨੇ ਬੋਡਿਆਂ ਤੋਂ ਕਿਉਂ ਆਦਰੀਆਂ ਮੈਂ ਤਾਂ ਫਿਰ ਗਿਆ ਨੀ ਉਦੋਂ ਪਹਿਲਾਂ ਵੀ ਕੀਤਾ ਘੱਟਾਂ ਵਾਲੀ ਇੱਕ ਮਿੰਟ ਕਿੱਧਰ ਗਿਆ ਮੁੰਡੇ ਯਾਰ ਆਦਨੀਆਂ ਬੋਡੇ ਕੌਂਕੇ ਤਲਵੰਡੀ ਘੁੰਗਰਾਲੀ ਹਾਂ ਉਹ ਇੱਕ ਘੁੰਗਰਾ ਹਾਂ ਠੀਕ ਹੈ ਅਤੇ ਕਾਜ ਠੀਕ ਹੈ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਮੁਬਾਰਕਾਂ ਖੁਸ਼ੀ ਬਹੁਤ ਤਗੜਾ ਖੇਡੇ ਮੁੰਡੇ ਉਹ ਸਿਰਾ ਯਾਰ ਘੱਟਾਂ ਵਾਲੀ ਟੀਮ ਤਾਂ ਲੁਕੀ ਬੈਠੀ ਆਉਂਦੀ ਨਹੀਂ ਮੁੰਡੇ ਯਾਰ ਨੇ ਦੱਸ ਤਹਿਲਕਾ ਮਚਾ ਛੱਡਿਆ ਮੁੰਡਿਆਂ ਨੇ ਸਿਰਾ ਯਾਰ ਆਲ ਇੰਡੀਆ ਮੁੰਡੇ ਬਹੁਤ ਖੇਡਦੇ ਆ ਖੁਸ਼ਦੀਪ ਹੋਣੀ ਆਲ ਇੰਡੀਆ ਵੀ ਜਾਂਦੇ ਆ ਅਤੇ ਸਿਰਾ ਕਰਾਤਾ ਘੱਟਾਂ ਵਾਲੀ ਟੀਮ ਨੇ ਯਾਰ ਲਗਾਤਾਰ ਛੇਵੇਂ ਫਾਈਨਲ 'ਚ